ਤੁਹਾਡੀ ਸੰਗਤਾਂ ਦੀ ਸਹੂਲਤ ਵਾਸਤੇ ਉਸ ਯੂਟਿਊਬ ਦੇ ਉੱਪਰ ਤੇ ਆਪਾਂ ਸਮਾਨ ਜਿਹੜਾ ਘਰ ਚ ਆਪਾਂ ਜਾ ਕੇ ਤਿਆਰ ਕਰਨਾ, ਜਿੱਦਾਂ ਕੋੜਾ ਕੁੱਜਾ ਕੋਰੀ ਚੱਪਣੀ ਕਿੱਦਾਂ ਧੋਣੀ ਧਾਣੀ ਆ, ਕਿੱਦਾਂ ਕਣਕ ਨੂੰ ਆਪਾਂ ਜੋਖਣਾ ਵਾ, ਕਿੱਦਾਂ ਉਹਨੂੰ ਸਾਫ਼ ਕਰਨਾ ਵਾ, ਕਿੱਦਾਂ ਉਹਨੂੰ ਕੁੱਜੇ 'ਚ ਬਾਅਦ ਨੂੰ ਬਣਨਾ ਵਾ, ਕਿੱਦਾਂ ਕੱਲੀ ਸੀਰੀਆਂ ਵਗੈਰਾ ਸਭ ਕੁਝ ਐਤਵਾਰ ਦਾ ਪ੍ਰੋਸੈਸ ਅਤੇ ਸਾਉਣ ਦਾ ਪ੍ਰੋਸੈਸ ਅੱਗੇ ਯੂਟਿਊਬ 'ਤੇ ਬਣਾਇਆ ਹੋਇਆ, ਜੋ ਤੁਹਾਨੂੰ ਦੱਸ ਦਿੰਦੇ ਹਾਂ ਕੀ ਕਰਨਾ ਹੈਗਾ ਤੁਸੀਂ ਯੂਟਿਊਬ 'ਤੇ ਜਾ ਕੇ ਅਤੇ ਜਾਂ ਮੋਬਾਈਲ 'ਤੇ ਸਰਚ ਕਰਦੇ ਹੋ। ਯੂਟਿਊਬ 'ਤੇ ਵੀਡੀਓ ਇਸ ਕਰਕੇ ਬਣਾਈ ਹੈ ਤੁਹਾਨੂੰ ਮੁਸ਼ਕਲ, ਜਿੱਦਾਂ ਕਈ ਵਾਰੀ ਪਹਿਲੀ ਵਾਰ ਤੁਸੀਂ ਆਏ ਹੀ ਹੋ ਸਾਡੀ ਹਰ ਪਹਿਲੀ ਵਾਰ ਗੱਲਬਾਤ ਸੁਣਦੇ ਹਾਂ, ਆਪਾਂ ਪਾ ਲੈਂਦੇ ਹਾਂ ਬਹੁਤ ਮੁਸ਼ਕਲ ਹਨ ਸਾਡੀ ਸੁੱਖ ਸਹੂਲਤਾਂ 'ਤੇ ਵੀਡੀਓ ਯੂਟਿਊਬ 'ਤੇ ਬਣੀ ਹੋਈ ਹੈ। ਤੁਸੀਂ ਕੀ ਕਰਨਾ ਹੈਗਾ ਵਾ ਯੂਟਿਊਬ ਦੇ ਉੱਪਰ ਜਾ ਕੇ ਜਾਂ ਤਾਂ ਹੰਬੋਆ ਲੈ ਕੇ ਸਰਚ ਕਰ ਲਿਓ HAMBO ਦਰਵਾਜ਼ਾ ਲਵਾਲ, ਜਾਂ ਜਿਹੜਾ ਫੋਨ ਨੰਬਰ ਆ 9592950 ਉਹ ਤੁਸੀਂ ਪਾ ਕੇ ਸਰਚ ਕਰ ਸਕਦੇ, ਵੀਡੀਓ ਟੋਪ ਦੇ ਉੱਪਰ ਆ ਜਾਏ। ਠੀਕ ਹੈ, ਇਸੇ ਨਾਲ ਰਿਲੇਟਡ ਇੱਕ ਹੋਰ ਮਤਲਬ ਵੀਡੀਓ ਆਪਾਂ ਬਣਾਉਣ ਲੱਗੇ ਹਾਂ, ਉਸੇ ਚੈਨਲ ਦੇ ਉੱਪਰ ਹੀ ਪਾ ਦੇਣੀ ਹੈ ਤਾਂ ਕਿ ਹੋਰ ਸੌਖਾ ਹੋ ਜਾਵੇ ਸਾਰਿਆਂ ਵਾਸਤੇ। ਠੀਕ ਹੈ, ਅਤੇ ਹੁਣ ਮੈਂ ਜਿਹੜੀ ਗੱਲਬਾਤ ਸਮਝਾਉਣੀ ਹੈ ਤਕਰੀਬਨ ਅੱਧੇ ਕੁ ਘੰਟੇ ਦੀ ਗੱਲਬਾਤ ਦੱਦੀ ਹੈ। ਇਹ ਜਿਹੜਾ ਫਾਂਡਾ ਹੁੰਦਾ ਵਾ ਸਿਰਫ ਐਤਵਾਰ ਹੀ ਹੁੰਦਾ ਵਾ, ਐਤਵਾਰ ਟਾਈਮ ਟੇਬਲ ਕੀ ਹੈਗਾ ਇਹਦਾ, ਸਿਆਲ ਦੇ ਵਿੱਚ ਫਾਂਡਾ ਸ਼ੁਰੂ ਕਰ ਦਈਦਾ ਵਾ, ਜਦੋਂ ਫੁੱਲ ਸ਼ੁਰੂ ਹੋ ਜਾਂਦਾ ਸਿਆਲ 6:30 ਵਜੇ ਨਾਲ ਸ਼ੁਰੂ ਕਰ ਦਈਦਾ ਫਾਂਡਾ, 6:30 ਵਜੇ ਅਤੇ 10 ਵਜੇ ਤੱਕ 11 ਵਜੇ ਤੱਕ ਵੇਟ ਵੀ ਕਰ ਲਈਦਾ ਜਦੋਂ ਫੁੱਲ ਠੰਡ ਹੋ ਜਾਏਗੀ। ਅਤੇ ਗਰਮੀਆਂ ਦੇ ਵਿੱਚ ਫਾਂਡਾ ਹੁੰਦਾ ਵਾ 5 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ। ਠੀਕ ਹੈ ਜੀ, ਅਤੇ ਤੁਸੀਂ ਜਿਨ੍ਹਾਂ ਨੇ ਫਾਂਡਾ ਕਰਾਉਣ ਇੱਥੇ ਆਉਣਾ ਹੁੰਦਾ ਵਾ ਬਿਲਕੁਲ ਖਾਲੀ ਪੇਟ ਆਪਾਂ ਆਉਣਾ ਵਾ, ਖਾਲੀ ਪੇਟ ਤੋਂ ਭਾਵ ਆ ਰਾਤ ਦੇ 12 ਵਜੇ ਤੋਂ ਬਾਅਦ, ਸ਼ਨੀਵਾਰ ਰਾਤ ਦੇ 12 ਵਜੇ ਤੋਂ ਬਾਅਦ ਸਾਡਾ ਸੰਡੇ ਸ਼ੁਰੂ ਹੋ ਜਾਂਦਾ ਵਾ, ਐਤਵਾਰ ਸ਼ੁਰੂ ਹੋ ਜਾਂਦਾ ਵਾ। ਰਾਤ 12 ਵਜੇ ਤੋਂ ਬਾਅਦ ਆਪਾਂ ਕੁਝ ਨਹੀਂ ਖਾਣਾ ਪੀਣਾ, ਚਾਹ ਪਾਣੀ ਚੂਲੀ ਬੁਰਸ ਕੁਝ ਨਹੀਂ ਕਰਨਾ ਹੈਗਾ, ਬਿਲਕੁਲ ਖਾਲੀ ਪੇਟ ਆਪਾਂ ਆਉਣਾ ਹੈਗਾ। ਠੀਕ ਹੈ ਜੀ, ਕੋਸ਼ਿਸ਼ ਕਰੋ ਚੂਲੀ ਬੁਰਸ ਤੱਕ ਨਹੀਂ ਮਤਲਬ ਨਾ ਹੀ ਕੀਤਾ ਜਾਵੇ। ਠੀਕ ਹੈ, ਅਤੇ ਬਾਕੀ ਆਪਾਂ ਨਾਲ ਲੈ ਕੇ ਕੀ ਆਉਣਾ ਹੁੰਦਾ ਵਾ, ਕਈ ਸਪੈਸ਼ਲੀ ਫੋਨ ਕਰਕੇ ਪੁੱਛਦੇ ਆ ਕੱਪੜੇ ਬਾਰੇ ਜਾਂ ਕੁੱਜੇ ਬਾਰੇ, ਇੱਥੇ ਹੋਰ ਕੁਝ ਨਹੀਂ ਲੈ ਕੇ ਆਉਣਾ, ਸਿਰਫ ਆਪਾਂ ਲੈ ਕੇ ਆਉਣਾ ਵਾ ਮਿੱਠਾ ਪ੍ਰਸ਼ਾਦ, ਪ੍ਰਸ਼ਾਦ ਜੋ ਕੋਈ ਸਪੈਸ਼ਲ ਨਹੀਂ ਹੈਗਾ, ਜੋ ਤੁਹਾਡੀ ਸ਼ਰਧਾ ਵਾ, 5-10 ਦੇ ਬਿਸਕੁਟ ਲੈ ਆਓ, ਲੱਡੂ ਲੈ ਆਓ, ਬੇਸਣ ਲੈ ਆਓ, ਜੋ ਤੁਹਾਡੀ ਇੱਛਾ, ਉਹ ਪ੍ਰਸ਼ਾਦ ਲੈ ਕੇ ਆਉਣਾ। ਇੱਕ ਬੇੜ ਦਾ ਡੰਡਾ ਲੈ ਕੇ ਆਉਣਾ ਵਾ, ਤੁਸੀਂ ਬੋਰਡ ਦੇ ਫੋਟੋ ਖਿੱਚੀ ਹੋਣੀ ਸਾਰਿਆਂ ਨੇ, ਬੋਰਡ ਦੇ ਉੱਪਰ ਆਪਾਂ ਲਿਖਿਆ ਵਾ ਆਪਣੀ ਹੱਥੋਂ ਲੈ ਕੇ ਆਓ, ਉਹਦਾ ਮਤਲਬ ਇਹ ਨਹੀਂ ਹੈਗਾ ਆਪਣੇ ਪਿੰਡੋਂ ਲੈ ਕੇ ਆਉਣਾ ਵਾ, ਉਹਦਾ ਮਤਲਬ ਇਹ ਹੈਗਾ ਵਾ ਆਪਣਾ ਡੰਡਾ ਤੁਸੀਂ ਆਪਣੇ ਹੱਥੀਂ ਵੱਢ ਕੇ ਲੈ ਕੇ ਆਉਣਾ ਵਾ, ਭਾਵੇਂ ਲਾਗਲੇ ਪਿੰਡੋਂ ਲੈ ਆਓ, ਸਾਹਮਣਾ ਜਗ੍ਹਾ ਤੋਂ, ਰੋਡ ਤੋਂ, ਜਿੱਥੋਂ ਮਰਜ਼ੀ ਜਾ ਕੇ ਲੈ ਆਓ। ਡੰਡਾ ਕਿਹਦਾ ਲੈ ਕੇ ਆਉਣਾ ਵਾ, ਗੋਲ ਬੇੜੀ, ਦੇਸੀ ਬੇੜੀ ਜਦੋਂ ਆਪਾਂ ਕਾਠੀ ਬੇੜੀ ਕਹਿ ਦਿੰਦੇ ਹਾਂ, ਕਿਸਮ ਦੀਆਂ ਹੁੰਦੀਆਂ ਕਾਠੀ ਬੇੜੀ, ਸਿਊ ਬੇੜ, ਹੋਰ ਵੀ ਦੇਸੀ ਬੇੜੀਆਂ ਹੁੰਦੀਆਂ, ਮਰੇ ਹੁੰਦੇ ਆ, ਪਰ ਆਪਾਂ ਜਿਹੜਾ ਡੰਡਾ ਲੈ ਕੇ ਆਉਣਾ ਨਾ ਉਹ ਲਿਆਉਣਾ ਵਾ ਦੇਸੀ ਬੇੜੀ, ਕਾਠੀ ਬੇੜੀ ਜਿਹਨੂੰ ਗੋਲ ਬੇੜ ਲੱਗਦੇ, ਉਹਦਾ ਡੰਡਾ ਲੈ ਕੇ ਆਉਣਾ ਵਾ। ਅਤੇ ਡੰਡਾ ਕਿੰਨਾ ਲੈ ਕੇ ਆਉਣਾ ਵਾ, ਜਿੰਨੀ ਮਰੀਜ਼ ਦੀ ਲੰਬਾਈ ਹੈ ਸਿਰ ਦੇ ਬਰਾਬਰ, ਅਤੇ ਡੰਡਾ ਹਰਿਆ ਤਾਜ਼ਾ ਲੈ ਕੇ ਆਉਣਾ ਵਾ, ਇਸੇ ਕਰਕੇ ਲਿਖਿਆ ਹੋਇਆ ਵਾ ਡੰਡਾ ਆਪਣਾ ਲੈ ਕੇ ਆਓ, ਆਪਣੇ ਹੱਥੀਂ ਵੱਢ ਕੇ ਲੈ ਕੇ ਆਓ, ਤੁਹਾਨੂੰ ਪਤਾ ਹੋਊਗਾ ਡੰਡਾ ਵੱਢਿਆ ਤਾਜ਼ਾ ਵੱਢਿਆ ਹਰਿਆ ਤਾਜ਼ਾ ਵੱਢਿਆ, ਹੈ ਨਾ। ਇਹ ਵੀ ਕਰਦੇ ਆ ਜਿਹੜੇ ਲੋਕ ਵੇਚਦੇ ਆ, ਕਈ ਵਾਰ ਤਾਂ ਚਲੋ ਤਾਜ਼ੇ ਵੀ ਲੈ ਕੇ ਆਉਂਦੇ ਆ, ਮੰਨ ਲਓ ਕਿ ਇੱਕ ਬੰਦੇ ਨੇ ਕਿਸੇ ਨੇ 20 ਡੰਡੇ ਵੱਢ ਕੇ ਲੈ ਤੇ ਉਹਦੇ 10 ਲੱਗ ਜਾਂ 10 ਫਸ ਗਏ, ਉਹਨੇ ਅਗਲੇ ਨੂੰ ਵੇਚਣੇ ਸ਼ੁਰੂ ਕਰ ਦੇਣੇ ਆ, ਅਤੇ ਡੰਡਾ 100 ਚੋਂ 10-15-20% ਤਾਂ ਸੁੱਕੂਗਾ ਜੀ, ਗਰਮੀ ਦੇ ਵਿੱਚ ਜ਼ਿਆਦਾ ਸੁੱਕ ਜਾਂਦਾ। ਇਹ ਕੀ ਕਰਦੇ, ਗਰਮੀ 'ਚ ਡੰਡੇ ਨੂੰ ਸੁੱਕਣ ਤੋਂ ਬਚਾਉਣ ਵਾਸਤੇ ਜਾਂ ਤਾਂ ਪਾਣੀ ਦੇ ਵਿੱਚ ਪਾ ਦੇਣਗੇ ਜਾਂ ਉਹਨੂੰ ਮਿੱਟੀ 'ਚ ਦੱਬ ਦੇਣਗੇ ਅਗਲੇ ਨੂੰ ਵੇਚਣ ਵਾਸਤੇ। ਹੁਣ ਤੁਸੀਂ ਜਿਹੜਾ ਇੱਡੀ ਦੂਰੋਂ ਆਇਆ ਵਾ, ਮੰਨ ਲਓ ਕਿ ਜ਼ਿਆਦਾ ਦੂਰੋਂ ਆਇਆ ਵਾ, ਜਦੋਂ ਡੰਡਾ ਇੱਕ ਵੱਜ ਗਿਆ
ਬੰਦੇ ਦੋ ਤਿੰਨ ਲੈਣ ਵਾਲੇ, ਫਿਰ ਉਹ ਡੰਡੇ ਦਾ ਮੁੱਲ ਲੱਗਦਾ ਇੱਥੇ 100-200, 400-500 ਵੀ ਤੱਕ ਡੰਡੇ ਵੇਚਦੇ। ਉਹਦੇ ਨਾਲ ਵਧੀਆ ਵਾ, ਤੁਸੀਂ ਆਪਣਾ ਡੰਡਾ ਲੈ ਕੇ ਆਪਣੇ ਹੱਥੀਂ ਵੱਢ ਕੇ ਲੈ ਆਓ। ਜੇ ਆਪਣੀ ਬੇੜੀ ਨਹੀਂ ਹੈਗੀ ਤਾਂ ਆਪਾਂ ਸਮ ਲੜ ਜਾਵੇ, ਜਦੋਂ ਮਰਜ਼ੀ ਲਿਆਓ ਤਾਂ 5-10 ਬੂਕਰ ਬੰਦਾ ਲੈ ਲਓ, ਠੀਕ ਹੈ ਨਾ। ਹੁਣ ਤੁਹਾਨੂੰ ਮੈਂ ਗੱਲਬਾਤ ਸਮਝਾਉਣ ਲੱਗਾ ਵਾ, ਅੱਜ ਦੀ ਅੱਜ ਆਪਾਂ ਸਮਾਨ ਨੂੰ ਕਿੱਦਾਂ ਲੈਣਾ ਹੈਗਾ ਵਾ ਅਤੇ ਕਿੱਦਾਂ ਸਾਰਾ ਘਰ ਜਾ ਕੇ ਤਿਆਰ ਕਰਨਾ। ਹੁਣ ਤੁਸੀਂ ਜਦੋਂ ਇੱਥੋਂ ਜਾਓਗੇ ਸਾਰੇ ਸਿੱਧੇ ਘਰੋਂ ਆਉਂਦੇ ਆ, ਰਾਤ ਕੋਈ ਰਹਿ ਗਈ ਨਹੀਂ ਹੈ ਕਿਤੇ, ਮਤਲਬ ਕਈ ਦੂਰੋਂ ਆਉਂਦੇ ਆ, ਰਾਤ ਕਿਤੇ ਰੁਕ ਜਾਂਦੇ ਆਣ ਕੇ, ਹੈ ਨਾ। ਤੁਸੀਂ ਰਾਤ ਉਹਨਾਂ ਕੋਲ ਰੁਕੇ ਜੀ, ਰੋਟੀ ਪਾਣੀ ਖਾਧਾ, ਚਾਹ ਪਾਣੀ ਪੀਤਾ, ਸੌਣ ਵਾਸਤੇ ਉਹਨਾਂ ਦਾ ਬੈੱਡ ਵਗੈਰਾ ਯੂਜ਼ ਕੀਤਾ, ਉਹਦਾ ਖਰਚਾ ਤੁਹਾਨੂੰ ਦੇਣਾ ਪੈਣਾ ਜੀ। ਜੇ ਦੁਬਾਰਾ ਜਾਂਦੇ ਟਾਈਮ ਉਹਨਾਂ ਦੇ ਘਰ ਜਾਣਾ ਫਿਰ ਛੋਟੇ ਬੱਚੇ ਨੂੰ 50-100 ਰੁਪਏ ਦੇ ਦਿਓ। ਜੇ ਦੁਬਾਰਾ ਉੱਥੇ ਉਹਨਾਂ ਦੇ ਘਰ ਨਹੀਂ ਜਾਣਾ, ਸਿੱਧਾ ਆਪਣੇ ਘਰ ਜਾਣਾ, ਤਾਂ ਗੁਰੂ ਘਰ ਜਾ ਕੇ ਮੱਥਾ ਟੇਕ ਦਿਓ, ਜੋ ਖਾਧਾ ਪੀਤਾ ਤੁਹਾਨੂੰ ਉਹਦਾ ਮੁੱਲ ਦੇ ਦਿੰਦਾ। ਆਪਣੇ ਸਾਧਨ 'ਤੇ ਆਈਏ, ਵਧੀਆ ਗੱਲ ਆ, ਕਿਸੇ ਦੇ ਨਾਲ ਆਏ ਆ, ਕਿਸੇ ਦੇ ਸਾਧਨ 'ਤੇ ਆਏ ਆ, ਆਉਣ ਜਾਣ ਦਾ ਜੋ ਤੇਲ ਪਾਣੀ ਅੱਜ ਤੁਹਾਡੇ ਲੱਗਣਾ ਹੈਗਾ। ਕਹਿਣ ਦਾ ਭਾਵ ਇਹ ਆ, ਜਦੋਂ ਤੁਸੀਂ ਘਰੋਂ ਤੁਰ ਪਏ ਹੋ ਫੰਡਾ ਕਰਾਉਣ ਵਾਸਤੇ, ਘਰ ਤੋਂ ਲੈ ਕੇ ਇੱਥੇ ਤੱਕ, ਇੱਥੋਂ ਲੈ ਕੇ ਜਿੰਨਾ ਚਿਰ ਤੁਸੀਂ ਆਪਣੇ ਘਰ ਨਹੀਂ ਪਹੁੰਚਦੇ, ਆਪਣੀ ਜਿੱਬ ਖਰਚਦੇ ਆਉਣਾ ਵਾ ਤਾਂ ਆਪਣੀ ਜਿੱਬ ਖਰਚਦੇ ਜਾਣਾ। ਜਦੋਂ ਆਪਣੇ ਘਰ ਪਹੁੰਚੋਗੇ ਨਾ, ਉਸ ਤੋਂ ਬਾਅਦ ਜਿੱਦਾਂ ਤੁਹਾਡੀ ਪਹਿਲਾਂ ਰੂਟੀਨ ਚੱਲਦੀ ਉੱਦਾਂ ਚੱਲੂਗੀ। ਸਿਰਫ ਅੱਜ ਦਾ ਦਿਨ ਆਪਣਾ ਖਰਚਦੇ ਆਉਣਾ ਵਾ ਤਾਂ ਆਪਣਾ ਖਰਚਦੇ ਜਾਣਾ, ਬਾਕੀ ਜਦੋਂ ਤੁਸੀਂ ਘਰ ਪਹੁੰਚੋਗੇ ਜਿੱਦਾਂ ਤੁਹਾਡਾ ਪਹਿਲਾਂ ਸਿਸਟਮ ਚੱਲਦਾ ਉੱਦਾਂ ਚੱਲੂਗਾ। ਹੁਣ ਤੁਹਾਨੂੰ ਮੈਂ ਅੱਜ ਦੀ ਗੱਲਬਾਤ ਸਮਝਾਉਣ ਲੱਗਾ ਵਾ। ਹੁਣ ਜਦੋਂ ਤੁਸੀਂ ਇੱਥੋਂ ਜਾਓਗੇ ਅਤੇ ਰਸਤੇ ਵਿੱਚ ਬਾਜ਼ਾਰ ਆਉਣਗੇ, ਆਪਾਂ ਰਸਤੇ ਵਿੱਚ ਸਮਾਨ ਵੀ ਲੈ ਸਕਦੇ ਹਾਂ, ਜਾਂ ਆਪਣੇ ਘਰੋਂ ਹੋ ਕੇ ਆਪਣੇ ਲੋਕਲ ਬਾਜ਼ਾਰੋਂ ਸਮਾਨ ਵੀ ਲੈ ਸਕਦੇ ਹਾਂ, ਜਾਂ ਮੇਨ ਰੋਡ 'ਤੇ ਬੰਦਾ ਬੈਠਾ ਇੱਕ ਉੱਥੋਂ ਤੁਹਾਨੂੰ ਜਿਹੜੀਆਂ ਦੋ ਤਿੰਨ ਆਈਟਮਾਂ ਉੱਥੋਂ ਇਕੱਠੀਆਂ ਮਿਲ ਜਾਣਗੀਆਂ, ਉੱਥੋਂ ਲੈਣਾ ਚਾਹੋ ਤਾਂ ਉੱਥੋਂ ਲੈ ਸਕਦੇ ਜੀ। ਸਮਾਨ ਕੀ ਲੈਣਾ ਹੈਗਾ ਵਾ, ਅੱਜ ਇੱਕ ਸੰਡੇ ਹੈਗਾ ਵਾ, ਲਾਸਟ ਸੰਡੇ ਆ, ਸ਼ਾਇਦ ਕਈ ਵਾਰ ਬਾਜ਼ਾਰ ਬੰਦ ਹੁੰਦੇ, ਸਮਾਨ ਮਿਲਦਾ ਨਹੀਂ ਹੈਗਾ, ਉਸ ਹਿਸਾਬ ਨਾਲ ਦੇਖ ਲਓ ਜੇ ਤੁਹਾਡੇ ਬਾਜ਼ਾਰ ਖੁੱਲ੍ਹੇ ਉੱਥੋਂ ਲੈ ਲਿਓ, ਇੱਥੋਂ ਲੈ ਜਾਈਏ, ਮੁਸ਼ਕਿਲ ਨਾਲ। ਸਮਾਨ ਕੀ ਲੈਣਾ ਹੈਗਾ ਵਾ, ਇੱਕ ਲੈਣਾ ਕੋੜਾ ਕੁਜਾ ਕੋੜੀ ਚੱਪਣੀ, ਬਹੁਤਾ ਵੱਡਾ ਲੈਣ ਦੀ ਲੋੜ ਨਹੀਂ, ਜਿਹਦੇ ਵਿੱਚ 2 ਕੁ ਲੀਟਰ ਪਾਣੀ ਪੈ ਜਾਵੇ, ਉਹਦੇ ਨਾਲ ਢੱਕਣ ਚੱਪਣੀ ਵੀ ਨਾਲ ਹੀ ਲੈ ਲਿਓ ਕੁਜੇ ਦੀ, 2 ਕੁ ਲੀਟਰ ਜਿਹ 'ਚ ਪਾਣੀ ਪੈ ਜਾਵੇ ਉਹ ਲੈ ਲਿਓ। ਇੱਕ ਆਪਾਂ ਲੈਣਾ ਵਾ 1.25 ਮੀਟਰ ਕੱਪੜਾ ਚਿੱਟੇ ਰੰਗ ਦਾ, ਕੋੜਾ ਲੱਠਾ ਜਾਂ ਖੱਦਰ ਜਿਹੜਾ ਮਿਲਦਾ ਦੋਵਾਂ 'ਚ, ਕੋੜਾ ਲੱਠਾ ਜਾਂ ਖੱਦਰ ਚਿੱਟੇ ਰੰਗ ਦਾ ਲੈਣਾ ਵਾ, ਮੀਟਰ ਲੈ ਲਓ 100 ਮੀਟਰ ਲੈ ਲਓ, ਉਹ ਲੈ ਲਿਓ। ਇੱਕ ਸਾਨੂੰ ਚਾਹੀਦੀ ਹੈ ਕਣਕ, ਜਿਹਦੇ ਕਣਕ ਸਾਡੇ ਘਰ ਹੈਗੀ ਆ ਉਹ ਯੂਜ਼ ਕਰ ਲਿਓ, ਜੇ ਕਣਕ ਸਾਡੇ ਘਰ ਨਹੀਂ ਹੈਗੀ 1/2 ਕਿਲੋ ਜਾਂ ਕਿਲੋ ਜਿਹੜੀ ਆ ਮੁੱਲ ਲੈ ਲੈਣੀ। ਇਹ ਚਾਰੇ ਚੀਜ਼ਾਂ ਆਪਾਂ ਜਿੱਥੋਂ ਖਰੀਦਾਂਗੇ ਦੁਕਾਨ ਦਾ ਰੇਟ ਨਹੀਂ ਕਰਨਾ, ਮੁੱਲ ਨਹੀਂ ਕਰਨਾ, ਜੋ ਮੰਗੂ ਨੂੰ ਦੇ ਦੇਣਾ। ਇੱਕ ਲੈਣੀ ਆਪਾਂ ਸੂਈ, ਜਿਹਨੂੰ ਸੂਹਾ ਜਾਂ ਕਦੂਈ ਕਹਿ ਦਿੰਦੇ ਹਾਂ, ਇੱਕ ਉਹ ਲੈਣੀ ਹੈਗੀ ਜੀ। ਘਰਾਂ 'ਚ ਆਪਣੇ ਸਾਡੇ ਹੁੰਦਾ ਉਹ ਸਭ ਕੁਝ, ਪਰ ਆਪਾਂ ਲੱਗੀ ਚੀਜ਼ ਨਹੀਂ ਯੂਜ਼ ਕਰਨੀ, ਆਪਾਂ ਹਰ ਚੀਜ਼ ਨਵੀਂ ਲੈਣੀ ਹੈਗੀ, ਠੀਕ ਹੈ ਜੀ। ਇਹ ਚਾਰੇ ਚੀਜ਼ਾਂ ਆਪਾਂ ਜਿੱਥੋਂ ਖਰੀਦਾਂਗੇ ਦੁਕਾਨ ਦਾ ਰੇਟ ਨਹੀਂ ਕਰਨਾ, ਮੁੱਲ ਨਹੀਂ ਕਰਨਾ, ਜੋ ਮੰਗੂ ਉਹਨੂੰ ਦੇ ਦਿਓ। ਜਦੋਂ ਸਮਾਨ ਨੂੰ ਆਪਾਂ ਘਰ ਲੈ ਕੇ ਆ ਜਾਵਾਂਗੇ ਅਤੇ ਘਰ ਲਿਆਉਣ ਕੇ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਵਾ, ਜਿਹੜਾ ਆਪਾਂ ਕੋੜਾ ਕੁਜਾ ਕੋੜੀ ਚੱਪਣੀ ਲੈ ਕੇ ਆਉਂਦੀ ਆ, ਉਹਨੂੰ ਚੰਗੀ ਤਰ੍ਹਾਂ ਧੋਤਾ ਕੇ ਅਤੇ ਪਾਣੀ ਦੇ ਵਿੱਚ ਉਹਨੂੰ ਭਿਉਂ ਦਿਓ, 2-4 ਘੰਟੇ ਵਾਸਤੇ ਧੋਤਾ ਕੇ ਅਤੇ ਪਾਣੀ 'ਚ ਉਹਨੂੰ ਡੋਬ ਦਿਓ, ਤਾਂ ਕਿ ਕੁਜੇ ਕੁਜੇ ਨੇ ਜਿਹੜਾ ਪਾਣੀ ਪੀਣਾ ਕੁਜੇ ਚੰਗੀ ਤਰ੍ਹਾਂ ਪਾਣੀ ਪੀ ਲਈ। ਉਸ ਤੋਂ ਬਾਅਦ ਆ ਗਿਆ ਸਾਡਾ 1.25 ਮੀਟਰ ਕੱਪੜਾ, ਜਿਹੜਾ ਸਾਡਾ 1.25 ਮੀਟਰ ਕੱਪੜਾ ਵਾਲਾ, ਉਹਨੂੰ ਕੀ ਕਰਨਾ ਹੈਗਾ ਵਾ, ਸਾਫ ਪਾਣੀ ਵਿੱਚ ਪਾ ਕੇ ਉਹ 'ਚ ਨੀਲ ਪਾ ਕੇ ਨੀਲ ਥਰੀ ਕਰੇ ਸੁੱਕਣੇ ਪਾ ਦੇਣਾ ਵਾ, ਸਾਬਣ ਸਰਫ ਨੂੰ ਕੁਝ ਨਹੀਂ ਲਾਉਣਾ ਹੈਗਾ, ਯਾਨੀ ਕਿ ਉਹਨੂੰ ਆਪਾਂ ਸੁੱਚਾ ਕਰ ਲੈਣਾ 1.25 ਮੀਟਰ ਕੱਪੜੇ ਨੂੰ। ਕਈ ਦੁਕਾਨਾਂ ਦਾ ਨਹੀਂ ਘੁੰਮ ਕੇ ਆਉਣਾ, ਕੱਪੜੇ ਨੇ ਕਈ ਹੱਥ ਲੱਗੇ ਹੁੰਦੇ ਆ, ਗੰਦੇ ਮੰਦੇ ਹੱਥ ਲੱਗੇ ਹੁੰਦੇ ਆ, ਉਹਨੂੰ ਨੀਲ ਦੇ ਕੇ ਸੁੱਚਾ ਕਰਕੇ ਸੁੱਕਣੇ ਪਾ ਦੇਣੀ। ਉਸ ਤੋਂ ਬਾਅਦ ਆ ਗਈ ਸਾਡੀ ਕਣਕ, ਜਿਹਦੇ ਕਣਕ ਸਾਡੇ ਘਰ ਹੈਗੀ ਆ ਆਪਾਂ ਘਰੋਂ ਲੈਣੀ ਆ, ਅਤੇ ਸਾਫ਼ ਹੱਥਾਂ ਦੇ ਨਾਲ 6-7 ਮੁੱਠਾਂ ਲਓ ਦਾਣਿਆਂ ਦੀਆਂ, ਉਹਨੂੰ ਥਾਲੀ ਵਿੱਚ ਪਾ ਲਓ ਜਾਂ ਖੁੱਲ੍ਹੇ ਬਰਤਨ 'ਚ ਪਾ ਲਓ। ਜੇ ਕਣਕ ਆਪਾਂ ਬਾਜ਼ਾਰੋਂ ਮੁੱਲ ਲੈ ਕੇ ਆਉਂਦੀ ਆ, ਉਹਦੇ ਵਿੱਚੋਂ ਸਾਨੂੰ 5-7 ਮੁੱਠਾਂ ਦਾਣਿਆਂ ਦੀਆਂ ਥਾਲੀ ਵਿੱਚ ਪਾ ਲਿਓ। ਉਹ ਜਿਹੜੀ ਸਾਡੀ ਕਣਕ ਵਾ, ਜਿਹੜੀ ਆਪਾਂ ਘਰੋਂ ਲਈ ਆ ਜਾਂ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਆਉਂਦੀ ਆ, ਉਹਨੂੰ ਬਿਲਕੁਲ ਸਾਫ਼ ਕਰ ਲੈਣਾ ਆਪਾਂ। ਕਣਕ ਤੋਂ ਇਲਾਵਾ ਜੋ ਕੁਝ ਵੀ ਵਾਧੂ ਪਦਾਰਥ ਹੈਗਾ ਉਹਨੂੰ ਬਾਹਰ ਕੱਢ ਦਿਓ। ਕਣਕ ਦਾ ਟੁੱਟਾ ਦਾਣਾ, ਕਮਜ਼ੋਰ ਦਾਣਾ, ਦਾਗੀ ਦਾਣਾ, ਸਾਰੇ ਦਾਣੇ ਜਿਹੜੇ ਆ ਉਹ ਬਾਹਰ ਕੱਢ ਦੇਣੇ। ਸਾਨੂੰ ਬਿਲਕੁਲ ਸਾਫ਼ ਅਤੇ ਮੋਟੇ ਮੋਟੇ ਦਾਣੇ ਚਾਹੀਦੇ ਕਣਕ ਦੇ।
ਸਾਡੀ ਜਦੋਂ ਕਣਕ ਬਿਲਕੁਲ ਸਾਫ਼ ਹੋ ਗਈ, ਦੁਕਾਨੋਂ ਜਾ ਕੇ ਉਹਦਾ ਵੇਟ ਕਰਾ ਲਿਓ। ਸਾਨੂੰ ਕਣਕ ਚਾਹੀਦੀ ਹੈ ਸਿਰਫ 125 ਗ੍ਰਾਮ ਅੱਧ ਪਾ, ਕਈ ਸਵਾ ਕਿਲੋ ਸਮਝ ਲੈਂਦੇ ਆ, ਸਵਾ ਕਿਲੋ ਕਣਕ ਨਹੀਂ ਲੈਣੀ ਹੈਗੀ, 125 ਗ੍ਰਾਮ ਕਣਕ ਲੈਣੀ ਆ। ਜਦੋਂ ਆਪਾਂ ਦੁਕਾਨੇ ਵੇਟ ਕਰਾਉਣ ਵਾਸਤੇ ਜਾਵਾਂਗੇ, ਜਾਂ ਤਾਂ ਉਹਨਾਂ ਦਾ ਕੰਡਾ ਵਗੈਰਾ ਸਾਫ਼ ਕਰਾ ਲਿਓ, ਜਾਂ ਅੱਜ ਕੱਲ੍ਹ ਇਲੈਕਟ੍ਰੋਨਿਕ ਡਿਜੀਟਲ ਕੰਡੇ ਲੱਗੇ ਆ, ਆਪਣਾ ਸਾਫ਼ ਬਰਤਨ ਲੈ ਜਿਓ, ਬਰਤਨ ਰੱਖ ਕੇ ਬਰਤਨ ਮਾਈਨਸ ਕਰਕੇ ਫਿਰ ਉਹਦੇ 125 ਗ੍ਰਾਮ ਕਾਣੇ ਪਾ ਲਓ। ਉਹ ਜਦੋਂ ਉਹਦਾ ਵੇਟ ਹੋ ਜੂਗਾ, ਕਣਕ ਨੂੰ ਧੋਣਾ ਧਾਣਾ ਹੋਰ ਕੁਝ ਨਹੀਂ ਕਰਨਾ ਹੈਗਾ, ਕਣਕ ਲੈਣੀ ਆ ਸਾਫ਼ ਕਰਨੀ ਆ, 125 ਗ੍ਰਾਮ ਜੋਖਣੀ ਆ ਅਤੇ ਘਰ ਲਿਆਣ ਕੇ ਰੱਖ ਲੈਣੀ ਆ। ਹੁਣ ਆਪਾਂ ਕਣਕ ਵੀ 125 ਗ੍ਰਾਮ ਜੋ ਕੇ ਰੱਖ ਲਈ ਆ, ਕੋੜਾ ਕੁਝ ਕੋੜੀ ਚੱਪਣੀ ਵੀ ਧੋਤਾ ਕੇ ਰੱਖ ਲਿਆ, ਹੁਣ ਬਚਿਆ ਕਿ ਸਾਡਾ 1.25 ਮੀਟਰ ਕੱਪੜਾ ਜਿਹਨੂੰ ਆਪਾਂ ਨੀਲ ਦੇ ਕੇ ਸੁੱਕਣੇ ਪਾਇਆ ਵਾ। ਜਦੋਂ ਸਾਡਾ 1.25 ਮੀਟਰ ਕੱਪੜਾ ਸੁੱਕ ਜੂਗਾ ਨਾ, ਤਾਂ ਉਹਨੂੰ ਸਾਫ਼ ਹੱਥਾਂ ਦੇ ਨਾਲ ਉਹਨੂੰ ਹੇਠਾਂ ਲਾ ਲੈਣਾ ਵਾ, ਹੇਠਾਂ ਲਾ ਕੇ ਡਬਲ ਬੈੱਡ ਦੇ ਉੱਪਰ ਸਾਫ਼ ਚਾਦਰ ਵਸਾ ਲੈਣੀ ਆ, ਅਤੇ 1.25 ਮੀਟਰ ਨੂੰ ਉਹਦੇ ਉੱਪਰ ਖੋਲ੍ਹ ਕੇ ਵਸਾ ਦੇਣਾ। ਉਸ 1.25 ਮੀਟਰ ਕੱਪੜੇ ਵਿੱਚ ਆਪਾਂ ਕੀ ਕਰਨਾ ਹੈਗਾ ਵਾ, ਜਿਹਨੇ ਜਿਹਨੇ ਫਾਂਡਾ ਕਰਾਇਆ ਵਾ ਉਹਦੇ ਹੱਥਾਂ ਦੀ ਮਿੰਨਤੀ ਕਰਕੇ ਆਪਾਂ ਇੱਕ ਰੁਮਾਲ ਵਾਲ ਕੱਢਣਾ ਵਾ, ਜਿਹਦੀ ਆਪਾਂ ਗੁਸਲੀ ਬਣਾਉਣੀ ਆ। ਉਹ ਮਿੰਨਤੀ ਕਿੱਦਾਂ ਕਰਨੀ ਆ, ਕਿਵੇਂ ਉਹਨੂੰ ਕੱਟਣਾ ਵਾ, ਗੁਸਲੀ ਨੂੰ ਕਿੱਦਾਂ ਸੀਣਾ ਵਾ, ਉਹ ਤੁਹਾਨੂੰ ਸਮਝਾ ਦਿੰਦਾ ਵਾ। ਦੋ ਦਿਨ ਮੈਂ ਲੱਗ ਗਿਆ ਜੀ ਰੁਮਾਲ ਲੈ ਕੇ, ਜੈਂਟਸ ਰੁਮਾਲ ਲੈ ਕੇ 2 ਦਿਨ ਲੱਗ ਗਿਆ। ਉਹ ਬਸ ਰੁਮਾਲ ਲੱਭਦਾ ਪਿਆ ਸਾਰਿਆਂ ਨੂੰ, ਜਿਵੇਂ ਸਾਡੇ ਉਸ 1.25 ਮੀਟਰ ਕੱਪੜੇ ਦੇ 4 ਕੋਨੇ 4 ਨੁੱਕਰਾਂ ਹੋਣੀਆਂ ਨਾ, ਉੱਦਾਂ ਸਾਡੇ ਇਸ ਰੁਮਾਲ ਦੇ 4 ਨੁੱਕਰਾਂ 4 ਕੋਨੇ ਆ, ਠੀਕ ਹੈ ਜੀ। ਜਦੋਂ ਆਪਾਂ ਨੂੰ ਡਬਲ ਗਾਰਡ ਤੋਂ ਆਪਾਂ ਖੋਲ੍ਹ ਕੇ ਵਿਸਾ ਲਾਂਗੇ, ਅਤੇ ਜਿਹਦਾ ਜਿਹਦਾ ਫਾਂਡਾ ਹੋਇਆ ਵਾ ਉਹਦੇ ਹੱਥਾਂ ਦੀ ਮਿੰਨਤੀ ਕਰਕੇ ਆਪਾਂ ਇਹਦੇ 'ਚ ਰੁਮਾਲ ਵਾਲ ਕੱਢਣਾ ਵਾ। ਮਿੰਨਤੀ ਕਰਕੇ ਮਿੰਨਤੀ ਕਿੱਦਾਂ ਕਰਨੀ ਆ, 3 ਸਾਲ ਦਾ ਜੇ ਕੋਈ ਛੋਟੇ ਬੱਚੇ ਦਾ ਫਾਂਡਾ ਵਾ ਹੈਗੇ ਸਾਡੇ, ਇੱਕ ਦੋ ਬੱਚਾ ਜਿਹੜਾ 3 ਸਾਲ ਤੋਂ ਛੋਟਾ ਬੱਚਾ ਵਾ, ਉਹਦੇ ਹੱਥਾਂ ਦੀ ਮਿੰਨਤੀ ਹੋਣੀ ਬੱਚੇ ਦੇ ਮਾਂ ਦੇ ਹੱਥਾਂ ਦੀ, ਠੀਕ ਹੈ ਜੀ। ਜਿਹਦਾ 3 ਸਾਲ ਤੋਂ ਉੱਪਰ ਏਜ ਵਾ ਉਹਦੇ ਆਪਣੇ ਹੱਥਾਂ ਦੀ ਮਿੰਨਤੀ ਹੋਣੀ ਹੈਗੀ। ਮਿੰਨਤੀ ਕਿੱਦਾਂ ਕਰਨੀ ਹੈਗੀ, ਆ ਸਰ ਕਿਸੇ ਇੱਕ ਨੁੱਕਰ ਤੋਂ 1.25 ਗਿੱਠੀ ਐਡ ਹੋ, 1.25 ਗਿੱਠੀ ਐਸ ਐਡ, 1.25 ਗਿੱਠ ਸਾਡੀ ਕਿਹੜੀ ਹੁੰਦੀ ਆ, 1 ਗਿੱਠ ਅਤੇ ਚੱਪਾ, ਹੱਥ ਲੂਜ ਨਹੀਂ ਰੱਖਣਾ, ਹੱਥ ਚੰਗੀ ਤਰ੍ਹਾਂ ਟੈਡ ਕਰਕੇ 1 ਗਿੱਠ ਅਤੇ ਜਲ ਕੇ ਅੱਗੇ ਚੱਪਾ, 1.25 ਗਿੱਠ ਹੋ ਗਿਆ ਸਾਡੇ। ਅਗਲੇ ਪਾਸੇ ਨਿਸ਼ਾਨੇ ਲਾਉਣ ਜਾਂ ਕੇਂਦਰ ਟੱਕ ਦੇ ਲੈਣਾ ਵਾ, ਠੀਕ ਹੈ ਜੀ। ਅਤੇ 1.25 ਗਿੱਠੀ ਐਸ ਐਡ ਅਤੇ 1 ਗਿੱਠ ਅਤੇ ਚੱਪਾ, ਇੱਕ ਆਹ ਨਿਸ਼ਾਨੀ ਆ ਗਈ, ਇੱਕ ਆਹ ਨਿਸ਼ਾਨੀ ਆ ਗਈ। ਇਸ ਨਿਸ਼ਾਨੀ ਨੂੰ ਕੈਂਚੀ ਦਾ ਨਹੀਂ ਕੱਟਣਾ ਹੈਗਾ, ਕੈਂਚੀ ਨਾਲ ਟੱਕ ਦੇ ਕੇ ਹੱਥ ਨਾਲ ਪਾ ਲੈਣਾ ਵਾ, ਇਸ ਹੱਥ ਤੋਂ ਕੈਂਚੀ ਨਾਲ ਟੱਕ ਦੇ ਕੇ ਹੱਥ ਨਾਲ ਪਾ ਲੈਣਾ ਵਾ। ਜਿਹੜਾ ਸਾਡਾ ਰੁਮਾਲ ਬਾਹਰ ਨਿਕਲਣਾ ਵਾ ਉਹਦੀਆਂ 4 ਸਾਈਡਾਂ ਬਰਾਬਰ ਹੋ ਜਾਣਗੀਆਂ, ਸਾਡਾ 1.25 ਗਿੱਠੀ ਇੱਧਰ, 1.25 ਗਿੱਠੀ ਇੱਧਰ, ਜਦੋਂ ਆਪਾਂ ਚੌਂਸ ਕੱਟਾਂਗੇ ਸਾਡਾ ਇਹ 1.25 ਗਿੱਠ ਬਣਨਾ ਚਾਹੇ ਪਾਸੇ। 1.5 ਮੀਟਰ ਕੱਪੜੇ ਵਿੱਚ ਸਾਨੂੰ ਸਿਰਫ ਇੰਨਾ ਰੁਮਾਲ ਚਾਹੀਦਾ 1.25 ਗਿੱਠ ਉਸਦੇ ਬਣਾਉਣਾ, ਠੀਕ ਹੈ ਜੀ। ਮੰਨ ਲਓ ਸਾਡਾ ਰੁਮਾਲ ਆ ਬਾਹਰ ਨਿਕਲ ਆਇਆ, ਆ 1.25 ਗਿੱਠੀ ਚਾਰੇ ਪਾਸੇ, ਠੀਕ ਹੈ ਜੀ। ਜਿਹੜੀਆਂ 2 ਸਾਈਡਾਂ ਆਪਾਂ ਹੱਥ ਨਾਲ ਕੱਟੀਆਂ ਹੁਣ, ਉਹਨੂੰ ਹੱਥ ਨਾਲ ਕੱਟਣ ਦਾ ਕਾਰਨ ਇਹੋ ਹੀ ਆ, ਆਪਾਂ ਕੈਂਚੀ ਨਾਲ ਵੀ ਕੱਟ ਸਕਦੇ ਹਾਂ ਕੱਟਣ ਨੂੰ, ਕੈਂਚੀ ਨਾਲ ਤਾਂ ਨਹੀਂ ਕੱਟਿਆ, ਆਪਾਂ ਇਹਦੇ ਵਿੱਚੋਂ ਧਾਗੇ ਕੱਢ ਕੇ ਆਪਾਂ ਗੁਦਲੀ ਬਣਾਉਣੀ। ਜੇ ਆਪਾਂ ਉਹਨੂੰ ਕੈਂਚੀ ਨਾਲ ਕੱਢ ਦਿੰਦੇ ਸਾਡੇ ਧਾਗੇ ਨਹੀਂ ਨਿਕਲੇ, ਟੋਟੇ ਬਣ ਜਾਣੇ, ਤਾਂ ਕਰਕੇ ਆਪਾਂ ਆਪਾਂ ਹੱਥ ਨਾਲ ਪਾ ਰਿਹਾ, ਉਹ ਧਾਗੇ ਸਾਡੇ ਪੂਰੇ ਪੂਰੇ ਬਾਹਰ ਨਿਕਲ ਜਾਣ। ਕੋੜਾ ਲੱਠਾ ਖੱਦਰ ਕੱਪੜਾ ਤਾਂ ਮੰਗਾਈ ਦਾ, ਉਹ ਧਾਗੇ ਸੌਖੇ ਨਿਕਲ ਜਾਂਦੇ ਆ, ਆਮ ਕਈ ਕੱਪੜੇ ਹੁੰਦੇ ਜਿਹਨਾਂ ਦੇ ਧਾਗੇ ਨਿਕਲਦੇ ਨਹੀਂ ਹੈਗੇ, ਇਸ ਕਰਕੇ ਕੋਸ਼ਿਸ਼ ਕਰਨੀ ਹੈ ਕੋਰਾ ਲੱਠਾ ਜਾਂ ਖੱਦਰ ਹੀ ਲੈਣਾ ਹੈਗਾ, ਜਾਂ ਇਸ ਤੋਂ ਇਲਾਵਾ ਜੇ ਨਹੀਂ ਮਿਲਦਾ ਹੈਗਾ ਕੋਰਾ ਲੱਠਾ ਜਾਂ ਖੱਦਰ, ਅੱਜ ਕੱਲ੍ਹ ਘੱਟ ਮਿਲਦੇ, ਉਹ ਚਿੱਟੇ ਰੰਗ ਦਾ ਹੋਰ ਕੱਪੜਾ ਵੀ ਆਪਾਂ ਲੈ ਸਕਦੇ ਜਿਸ ਧਾਗੇ ਸਾਡੇ ਸੌਖੇ ਮਿਲਦੇ, ਠੀਕ ਹੈ।
ਉਸ ਰੁਮਾਲ ਦੇ ਵਿੱਚੋਂ 10 ਧਾਗੇ ਇੱਧਰੋਂ ਕੱਢ ਲਓ ਜਿਹੜੀ ਸਾਈਡ ਆਪਾਂ ਕੱਟੀ ਹੈ, 10 ਧਾਗੇ ਦੂਜੀ ਸਾਈਡ ਤੋਂ ਕੱਢ ਲਓ। ਟੋਟਲ ਉਸ ਰੁਮਾਲ 'ਚੋਂ 15-20 ਧਾਗੇ ਬਾਹਰ ਕੱਢ ਲੈਣੇ ਆ। ਧਾਗੇ ਕੱਢਣ ਤੋਂ ਬਾਅਦ ਉਸ ਰੁਮਾਲ ਦੀ ਆਪਾਂ ਗੁਥਲੀ ਬਣਾਉਣੀ ਆ, ਉਸ ਰੁਮਾਲ ਨੂੰ ਇੱਦਾਂ ਫੋਲਡ ਕਰ ਲਓ। ਡਬਲ ਨਹੀਂ ਕੱਢਣਾ ਹੈਗਾ, ਕਈ ਪੁੱਛਦੇ ਡਬਲ ਕਰ, ਮਤਲਬ ਪੀਸ ਕੱਢਣੇ ਆ, ਇੱਕੋ ਰੁਮੀਲ ਨੂੰ ਡਬਲ ਪੀਸ ਨੂੰ ਡਬਲ ਕਰ ਲੈਣਾ। ਹੁਣ ਆਪਾਂ ਇੱਕ ਸਾਈਡ ਸਾਡੀ ਸੀਤੀ ਗਈ, ਬਾਕੀ ਆ 3 ਸਾਈਡਾਂ ਵੱਧ ਗਈਆਂ। ਇਹਨਾਂ 'ਚ 2 ਸਾਈਡਾਂ ਸੀ ਲੈਣੀਆਂ ਵਾ, ਇੱਕ ਸਾਈਡ ਖੁੱਲ੍ਹੀ ਰਹਿੰਦੀ ਸਾਡੀ ਗੁਥਲੀ ਬਣ ਜਾਣੀ ਹੈ। ਇਹ 2 ਸਾਈਡਾਂ ਕਦਰ ਸੀਣੀਆਂ ਹੈਗੀਆਂ ਵਾ, ਕਟਕ ਸੂਈ ਗੁਦੀ ਮੰਗਾਈ ਹੈ ਨਵੀਂ, ਉਹ ਗੁਥਲੀ ਸੀਣ ਵਾਸਤੇ ਮੰਗਾਈ ਹੈ। ਜਿਹੜੇ ਵਾ ਧਾਗੇ ਆਪਾਂ 20 ਕੱਢੇ, ਇਹਦੇ ਵਿੱਚੋਂ 15-20 ਧਾਗੇ ਬਾਹਰ ਕੱਢੇ ਆ, ਉਹ ਧਾਗੇ ਪਾ ਕੇ ਗੁਥਲੀ ਸੀ ਲੈਣੀ ਆ। ਧਾਗੇ ਜੇ ਜ਼ਿਆਦਾ ਬਰੀਕ ਆ, ਦੋਹਰਾ ਤਰ੍ਹਾਂ ਧਾਗਾ ਕਰ ਲਓ। ਧਾਗਾ ਛੋਟਾ ਚੱਲਦਾ, ਵੱਟ ਚੱਕ ਲੰਬੀ ਡੋਰੀ ਬਣਾ ਲਓ। ਵੱਟ ਚਾਰ ਲੱਗਿਆ ਲੰਬੀ ਡੋਰੀ ਬਣਾਉਣ ਲੱਗਿਆ, ਹੱਥ ਗਿੱਲੇ ਕਰਨੇ ਪੈ ਜਾਣ, ਲਾਗੇ ਸੁੱਚਾ ਚੱਲ ਰੱਖ ਦੇ, ਉਹਦੇ ਨਾਲ ਹੱਥ ਗਿੱਲੇ ਕਰਕੇ ਲੰਬੀ ਡੋਰੀ ਬਣਾ ਕੇ ਸੀਜ ਪਾ ਕੇ ਉਹਨੂੰ ਬਰੀਕ ਬਰੀਕ ਤੰਦਰਾਂ ਗੁਥਲੀ ਨੂੰ ਸੀ ਲੈਣਾ। ਗੁਥਲੀ ਨੂੰ ਸੀਣ ਤੋਂ ਬਾਅਦ ਉਹਦੀ ਸਿੱਧ ਪੁੱਠ ਕਰ ਲਿਓ, ਜਾਣੀ ਕਿ ਪਲਟਾ ਲਿਓ, ਉਹਨੂੰ ਘੁਮਾ ਲਿਓ, ਸਾਡੀ ਗੁਥਲੀ ਤਿਆਰ ਹੋ ਜਾਣੀ। ਲੱਗੇ ਮੈਂ ਸਾਰਿਆਂ ਨੂੰ ਗੁਥਲੀ ਕਿੱਦਾਂ ਬਣਾਉਣੀ ਹੈਗੀ ਆ। ਜਿਹੜਾ ਬਾਕੀ ਵਾਧੂ ਕੱਪੜਾ ਬਚ ਗਿਆ ਵਾ 100 ਮੀਟਰ ਵਾਲਾ, ਉਹਦੇ ਵਿੱਚੋਂ ਇੰਨੀਆਂ ਕਿ ਚੌੜੀਆਂ 2 ਲੀਰਾਂ ਲੰਬੇ ਲੰਬੇ ਕੱਟ ਲਓ, ਫਿਰ ਕਿੰਚਨੇ ਕੱਟ ਲਿਓ। ਕੱਲ੍ਹ ਨੂੰ ਗੁਥਲੀ ਬੰਨ ਕੇ ਟੰਗਣ ਵਾਸਤੇ ਇਹ ਲੀਰਾਂ ਸਾਡੇ, ਕੱਲ੍ਹ ਨੂੰ ਗੁਥਲੀ ਜੋ ਆਪਾਂ ਟੰਗਣੀ ਉਹਦੇ ਨਾਲ ਬਣ ਗਿਆ ਪੱਟਾ ਪਾਉਣੀ ਆ ਸਾਡੀ। ਇਹ ਵੀ ਅੱਜ ਹੀ ਕੱਟ ਕੇ ਰੱਖ ਲਿਓ, ਫਿਰ ਕਿੰਚਨੇ ਕੱਟ ਲਿਓ। ਠੀਕ ਹੈ ਜੀ, ਇਹ ਸਾਡੇ ਕੰਮ ਹੋ ਗਏ ਅੱਜ ਦੇ। ਜ਼ਰੂਰੀ ਨਹੀਂ ਅੱਜ ਦੇ ਫਾਂਡਾ ਕਰਾਇਆ, ਸਾਰਾ ਸਮਾਨ ਉਹਨੇ ਤਿਆਰ ਕਰਨਾ। ਉਹ ਤੁਹਾਡੇ ਘਰ 'ਚ ਕੋਈ ਲੜਕੀ, ਕੋਈ ਜਨਾਨੀ, ਕੋਈ ਮੈਂਬਰੀ ਨਾਲ ਇਹ ਸਾਰਾ ਕੰਮ ਨੂੰ ਨਾਲ ਹੋ ਕੇ ਮਦਦ ਕਰਾ ਸਕਦਾ। ਠੀਕ ਹੈ ਜੀ, ਜਿਹੜੀ ਮਿੰਤੀ ਹੋਣੀ ਹੈ ਨਾ, ਜਿਹਦਾ ਫਾਂਡਾ ਵਾ ਉਹਦੇ ਆਪਣੇ ਤੁਹਾਡੀ ਮਿੰਤੀ ਹੋਣੀ, ਮਿੰਤੀ ਦੇ ਕੇ ਸਨੇਹ ਲਵਾ ਦਿਓ। ਬਾਕੀ ਤੁਹਾਡੇ ਪਰਿਵਾਰ ਦਾ ਕੋਈ ਵੀ ਲੇਡੀਜ਼ ਲੜਕੀ ਉਹਦੇ ਗੁਥਲੀ ਵਗੈਰਾ ਸੀ ਸਕਦੀ ਹੈ, ਕਰ ਵਗੈਰਾ ਜਿਹੜਾ ਮਰਜ਼ੀ ਸਾਫ਼ ਕਰ ਸਕਦਾ ਵਾ, ਜਿਹੜਾ ਮਰਜ਼ੀ ਚੋਕ ਕੇ ਲਿਆ ਸਕਦਾ ਵਾ, ਕੋਈ ਜਿਹੜਾ ਮਰਜ਼ੀ ਧੋਤਾ ਸਕਦਾ ਵਾ। ਬਸ ਧਿਆਨ ਰੱਖਣਾ ਵਾ, ਜਿੰਨੇ ਵੀ ਨਾਲ ਮਦਦ ਕਰਾਉਣੀ ਆ, ਸੁੱਚ ਵਰਤਣੀ ਆ, ਸਾਫ਼ ਤਰੀਕੇ ਦੇ ਨਾਲ, ਸਾਫ਼ ਹੱਥਾਂ ਦੇ ਨਾਲ, ਜੁੱਠੇ ਮੁੱਠੇ ਹੱਥ ਨਹੀਂ ਯੂਜ਼ ਕਰਦੇ ਹੈਗੇ। ਠੀਕ ਹੈ ਜੀ, ਲੱਗ ਪਏ ਸਾਰਿਆਂ ਨੂੰ, ਇਹ ਸਾਡੇ ਕੰਮ ਹੋ ਗਏ ਅੱਜ ਦੇ। ਅੱਜ ਬਸ ਆਪਾਂ ਸਮਾਨ ਖਰੀਦਣਾ ਵਾ, ਕੋੜਾ ਪੁੱਜਾ, ਕੋੜੀ ਚੱਪਣੀ ਧੋਤਾ ਕੇ ਰੱਖ ਲੈਣੀ ਆ, ਕਣਕ 125 ਗ੍ਰਾਮ ਜੋ ਕੇ ਰੱਖ ਲੈਣੀ ਆ, ਗੁਥਲੀ ਜਿਹੜੀ ਉਹ ਸੀ ਕੇ ਰੱਖ ਲੈਣੀ ਆ। ਇਹ ਸਾਡੇ ਕੰਮ ਹੋ ਗਏ ਅੱਜ ਦੇ। ਇਹਦਾ ਸੁੱਚੇ ਮਨੂੰ ਕਿ ਲੇਖਾ ਦੇਖਣ ਨਹੀਂ ਹੈਗਾ, ਫਾਂਡਾ ਤੁਹਾਡਾ ਸਾਰਿਆਂ ਨੂੰ ਹੋ ਗਿਆ ਵਾ, ਲੰਗਰ ਪਾਣੀ ਸਾਰਾ ਗੁਰੂ ਘਰ ਚਾਹ ਪਾਣੀ ਸਾਰਿਆਂ ਨੇ ਛੱਕ ਲਿਆ ਵਾ, ਜਿਹਨੇ ਨਹੀਂ ਛੱਕਿਆ ਚੱਲ ਟਾਈਮ ਚਾਹ ਪਾਣੀ ਛੱਕ ਕੇ ਜਾਇਓ, ਅਤੇ ਸਾਡੀ ਹੱਥ ਲੰਘ ਕੇ ਅੱਗੇ ਜਾ ਕੇ ਰੋਟੀ ਪਾਣੀ ਖਾਓ, ਘਰ ਜਾ ਕੇ ਰੋਟੀ ਪਾਣੀ ਖਾਓ, ਰੋਟੀ ਪਾਣੀ ਖਾਣ ਤੋਂ ਬਾਅਦ ਬਾਕੀ ਬਾਅਦ ਵਿੱਚ ਸਾਰਾ ਸਮਾਨ ਤਿਆਰ ਕਰਦੇ ਨੇ। ਇਹਦਾ ਸੁੱਚੇ ਮਨੂੰ ਵੀ ਲੇਖਾ ਦੇਖਣ ਨਹੀਂ ਹੈਗਾ, ਸੁੱਚਾ ਮੂੰਹ ਸਿਰਫ ਅੱਜ ਰੱਖਿਆ ਵਾ ਆਪਾਂ ਕਿੱਲਾ ਠੋਕਣ ਦਾ, ਠੀਕ ਜਦੋਂ ਡੰਡਾ ਸਾਡਾ ਠੋਕਿਆ ਗਿਆ ਉਸ ਤੋਂ ਬਾਅਦ ਆਪਾਂ ਖਾ ਪੀ ਸਕਦੇ। ਲੱਗ ਗਏ ਸਾਰਿਆਂ ਨੂੰ, ਇਹ ਸਾਡੀ ਗੱਲਬਾਤ ਅੱਜ ਦੀ। ਹੁਣ ਕੱਲ੍ਹ ਆਪਾਂ ਕੱਲ੍ਹ ਦੀ ਗੱਲਬਾਤ ਆਪਾਂ ਕੱਲ੍ਹ ਕੀ ਕਰਨਾ ਹੈਗਾ, ਜਿੱਦਾਂ ਤੁਸੀਂ ਅੱਜ ਬਿਲਕੁਲ ਖਾਲੀ ਪੇਟ ਆਏ ਜੀ ਉੱਥੇ ਫਾਂਡਾ ਕਰਵਾਉਣ ਵਾਸਤੇ, ਠੀਕ ਹੈ ਜੀ, ਇੱਦਾਂ ਤੁਸੀਂ ਰਾਤ 12 ਤੋਂ ਬਾਅਦ, ਅੱਜ ਰਾਤ ਦੇ 12 ਤੋਂ ਬਾਅਦ ਤੁਹਾਡਾ ਕੱਲ੍ਹ ਮੰਡੇ ਸ਼ੁਰੂ ਹੋ ਜਾਣਾ, ਅੱਜ ਰਾਤ 12 ਵਜੇ ਤੱਕ ਜੋ ਮਰਜ਼ੀ ਖਾਓ ਪੀਓ, ਰਾਤ ਦੇ 12 ਤੋਂ ਬਾਅਦ ਫਿਰ ਮੂੰਹ ਸੁੱਚਾ ਰੱਖ ਲੈਣਾ ਜੀ। ਜਿਹਨੇ ਫਾਂਡਾ ਕਰਾਇਆ ਵਾ ਉਹਨਾਂ ਦੇ ਸੁੱਚਾ ਮੂੰਹ ਖੜ੍ਹੇ ਰੱਖਣਾ ਵਾ, ਜੇ ਤੁਹਾਡੇ ਘਰ 'ਚੋਂ ਕਿਸੇ ਨੇ ਨਾਲ ਮਦਦ ਕਰਾਉਣੀ, ਕੱਲ੍ਹ ਸਵੇਰੇ ਉੱਠ ਕੇ ਨਾਲ ਹੋ ਕੇ ਤਿਆਰ ਕਰਾਉਣਾ ਸਮਾਨ, ਉਹਨਾਂ ਨੂੰ ਸੁੱਚਾ ਮੂੰਹ ਰੱਖਣਾ ਜੀ। ਠੀਕ ਹੈ ਜੀ, ਸੁੱਚਾ ਮੂੰਹ ਰੱਖ ਕੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ, ਸਵੇਰੇ ਉੱਠ ਕੇ ਘਰ ਦੇ ਮੈਂਬਰਾਂ ਤੋਂ ਪਹਿਲਾਂ ਉੱਠੋ, ਮਤਲਬ ਤੁਹਾਡੇ ਪਰਿਵਾਰ ਦੇ ਮੈਂਬਰ ਕੋਈ 6 ਵਜੇ ਉੱਠੋ, ਤੁਸੀਂ 5 ਵਜੇ ਉੱਠੋ, ਉੱਠ ਕੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈਗਾ ਵਾ, ਇਸ਼ਨਾਨ ਕਰਨ ਵਾਸਤੇ ਜਾਣਾ ਬਾਥਰੂਮ 'ਚ। ਜਦੋਂ ਇਸ਼ਨਾਨ ਕਰਨ ਵਾਸਤੇ ਜਾਓਗੇ ਅਤੇ ਨਾਲ ਇਹ ਖਾਲੀ ਜੱਗ ਲੈ ਲਓ, ਤੁਹਾਡੇ ਘਰ ਦਾ ਜਿਹੜਾ ਪਹਿਲਾਂ ਪਾਣੀ ਨਿਕਲੂਗਾ ਸਵੇਰ ਦੇ ਪਾਣੀ ਨੂੰ ਮੇਰੇ ਹਿਸਾਬ ਸੱਚਾ ਪਾਣੀ ਕਹਿੰਦੇ ਆ, ਨਲਕਾ ਟੂਟੀ ਮੋਟਰ ਜੋ ਵੀ ਚਲਾਵਾਂਗੇ, 2 ਲੀਟਰ ਦਾ ਜੱਗ ਭਰ ਰੱਖ ਲਿਓ, ਫਿਰ ਬਾਥਰੂਮ ਵਿੱਚ ਜਾ ਕੇ ਸਣੇ ਕੇਸੀ ਇਸ਼ਨਾਨ ਕਰਨਾ ਜੀ। ਜਦੋਂ ਸਣੇ ਕੇਸੀ ਇਸ਼ਨਾਨ ਕਰਨਾ ਵਾ ਅਤੇ ਮੂੰਹ ਬੰਦ ਰੱਖਣਾ, ਮੂੰਹ ਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ, ਚੂਲੀ ਬੁਰਸ ਕੁਝ ਨਹੀਂ ਕਰਨਾ ਹੈਗਾ, ਸਣੇ ਕੇਸੀ ਇਸ਼ਨਾਨ ਕਰੋ। ਸਣੇ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਰਾਤ ਨਾਲ ਜਿਹੜੇ ਕੱਪੜੇ ਪਾਏ ਆ ਦੁਬਾਰਾ ਨਹੀਂ ਪਾਉਣੇ ਹੈਗੇ, ਉਸ ਟਾਈਮ ਟੋਟਲੀ ਧੋਤੇ ਸਾਫ਼ ਕੱਪੜੇ ਪਾ ਲੈਣੇ ਆ।
ਜੇ ਤੁਹਾਡੇ ਘਰ ਤੋਂ ਨਾਲ ਕਿਸੇ ਨੇ ਮਦਦ ਕਰਾਉਣੀ ਹੈਲਪ ਕਰਾਉਣੀ ਆ, ਉਹਨਾਂ ਨੇ ਸੁੱਚਾ ਮੂੰਹ ਰੱਖਣਾ ਵਾ ਸਣੇ ਕਿ ਇਸ਼ਨਾਨ ਕਰਨਾ ਵਾ, ਸਾਫ਼ ਕੱਪੜੇ ਪਾ ਲੈਣੇ, ਨਹਾਉਣ ਤੋਂ ਬਾਅਦ ਸਾਫ਼ ਕੱਪੜੇ ਪਾਉਣ ਤੋਂ ਬਾਅਦ ਮੁੜ ਕੇ ਰਸੋਈ ਜਾ ਜਾਓ ਜਿੱਥੇ ਆਪਾਂ ਸਮਾਨ ਨੂੰ ਬਣਾਉਣਾ ਵਾ। ਸਮਾਨ ਕੀ ਬਣਾਉਣਾ ਹੈਗਾ ਵਾ, ਜਿਹੜੀ 125 ਗ੍ਰਾਮ ਕਣਕ ਆਪਾਂ ਜੋਖੀ ਆ ਨਾ, ਉਹਨੂੰ ਆਪਾਂ ਕੱਲ੍ਹ ਕੁੱਜੇ 'ਚ ਪਾ ਕੇ ਉਬਾਲ ਕੇ ਕਿਣੇ ਬੱਕਰੇ ਬਣਾਉਣੀ ਆ ਉਹਦੀ, ਠੀਕ ਹੈ ਜੀ। ਅਤੇ ਜਦੋਂ ਸਵੇਰੇ ਨਹਾਉਣ ਤੋਂ ਬਾਅਦ ਜਦੋਂ ਆਪਾਂ ਰਸੋਈ ਜਾ ਜਾਵਾਂਗੇ, ਤਾਂ ਰਸੋਈ ਜਾਣ ਕੇ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਜਾਂ ਕੀ ਕਰਨਾ ਹੈਗਾ ਵਾ, ਜਿਹੜਾ ਆਪਾਂ ਗੈਸ ਚੁੱਲ੍ਹਾ ਵਰਤਣਾ ਵਾ, ਅਤੇ ਵੱਖਰਾ ਪਾਣੀ ਹੋਣ ਲਿਆਉਣ ਕੇ ਗੈਸ ਨੂੰ ਧੋ ਕੇ ਸੁੱਚਾ ਕਰ ਲਓ। ਜੇ ਕਿਸੇ ਨੇ ਚੁੱਲ੍ਹੇ ਦੇ ਉੱਪਰ ਸਮਾਨ ਬਣਾਉਣਾ ਵਾ, ਅਤੇ ਚੁੱਲ੍ਹੇ ਦੇ ਗੋਲੂ ਪੋਚਾ ਫੇਰਨਾ ਵਾ, ਗੋਹਾ ਨਹੀਂ ਫੇਰਨਾ ਹੈਗਾ। ਕਹਿਣ ਦਾ ਭਾਵ ਆ ਗੈਸ ਨੂੰ ਚੁੱਲ੍ਹੇ ਨੂੰ ਸੁੱਚਾ ਕਰ ਲਿਓ, ਆਪਾਂ ਘਰਾਂ 'ਚ ਕਈ ਕੁਝ ਪਹਿਲਾਂ ਬਣਾਉਂਦੇ ਹਾਂ, ਉਹਨੂੰ ਸੁੱਚਾ ਕਰ ਲਿਓ। ਜੇ ਸਾਡਾ ਗੈਸ ਵਗੈਰਾ ਚੁੱਲ੍ਹਾ ਵਗੈਰਾ ਸੁੱਚਾ ਹੋ ਜੂਗਾ, ਉਸ ਤੋਂ ਬਾਅਦ ਆਪਾਂ ਕੀ ਕਰਨਾ ਵਾ, ਜਿਹੜਾ ਆਪਾਂ ਤੁਹਾਡੇ ਕੋਲੋਂ ਕੋੜਾ ਕੁੱਜਾ ਕੋਰੀ ਚੱਪਣੀ ਮੰਗਾਈ ਆ, ਜਿਹੜੀ ਆਪਾਂ ਅੱਜ ਤੌਰ 'ਤੇ ਅੱਗੇ ਰੱਖੀ, ਉਹਨੂੰ ਆਪਾਂ ਕੱਲ੍ਹ ਪਤੀਲੀ ਤੌਰ 'ਤੇ ਵਰਤਣਾ ਵਾ, ਪਤੀਲੀ ਦਾ ਕੰਮ ਲੈਣਾ ਕੁੱਜੇ ਕੋਲੋਂ। ਜਿਹੜਾ ਸਵੇਰੇ ਜੱਗ ਭਰਿਆ ਆਪਾਂ ਪਾਣੀ ਵਾਲਾ, ਸਵੇਰੇ ਨਹਾਉਣ ਤੋਂ ਪਹਿਲਾਂ 2 ਲੀਟਰ ਦਾ ਜੱਗ ਭਰਿਆ ਨਾ, ਉਹਨੂੰ ਆਪਾਂ ਕੀ ਕਰਨਾ ਵਾ, ਉਸ ਕੁੱਜੇ ਦੇ ਵਿੱਚ ਅੰਦਾਜ਼ੇ ਦੇ ਨਾਲ 1.5 ਲੀਟਰ ਪਾਣੀ ਪਾ ਲਿਓ, ਅਤੇ ਜਿਹੜੀ 125 ਗ੍ਰਾਮ ਕਣਕ ਜੋਖੀ ਆ ਉਹ ਵੀ ਕੁੱਜੇ 'ਚ ਪਾ ਲੈਣੀ ਆ, ਫਿਰ ਆਪਾਂ ਨੂੰ ਗਰਮ ਕਰਨਾ ਵਾ। ਜੇ ਇਸ ਚੀਜ਼ 'ਤੇ ਗਰਮ ਕਰਦੇ ਹਾਂ, ਗੈਸ 'ਤੇ ਕਰਦੇ ਹਾਂ, ਚੁੱਲ੍ਹੇ 'ਤੇ ਕਰਦੇ ਹਾਂ, ਅੱਗ ਦਾ ਜਿਹੜਾ ਸੇਕ ਆ ਬਿਲਕੁਲ ਘੱਟ ਰੱਖਿਓ, ਭਾਂਡਾ ਮਿੱਟੀ ਦਾ ਵਾ, ਕੁੱਜੇ ਸਾਡਾ ਜਿਹੜਾ ਪਾਟੇ ਨਾ, ਉਹਦਾ ਜਿਹੜਾ ਸੇਕ ਆ ਬਿਲਕੁਲ ਘੱਟ ਹੀ ਰੱਖਿਓ ਅੱਗ ਦਾ, ਜਾਂ ਕੁੱਜੇ 'ਤੇ ਡਾ ਤੁਸੀਂ ਮਿੱਟੀ ਲਾ ਸਕਦੇ ਹੋ ਕੁੱਜੇ ਨੂੰ ਪਾਟਣ ਤੋਂ ਬਚਾਉਣ ਵਾਸਤੇ। ਜਦੋਂ ਆਪਾਂ ਬਿਲਕੁਲ ਘੱਟ ਅੱਗ 'ਤੇ ਘੱਟ ਸੇਕ 'ਤੇ ਗਰਮ ਕਰਾਂਗੇ, ਤਾਂ ਅੱਧੇ ਪੌਣੇ ਘੰਟੇ ਬਾਅਦ ਸਾਡਾ ਪਾਣੀ ਜਿਹੜਾ ਵਾ ਗਰਮ ਹੋਣਾ ਸ਼ੁਰੂ ਹੋ ਜਾਣਾ, ਸਾਡੇ ਦਾਣੇ ਜਿਹੜੇ ਆ ਫੁੱਲਣੇ ਸ਼ੁਰੂ ਹੋ ਜਾਣੇ ਆ। ਲਾਗੇ ਖਲੋਤੇ ਰਹਿਣਾ, ਗਮ ਸਣ ਜਾਣਾ ਹੈਗਾ, ਲਾਗੇ ਖਲੋ ਕੇ ਚੈੱਕ ਕਰਦੇ ਹੋ ਸਾਡੇ ਦਾਣੇ ਜਿਹੜੇ ਆ ਫੁੱਲਣੇ ਚਾਹੀਦੇ ਆ, ਪਾਟਣੇ ਨਹੀਂ ਚਾਹੀਦੇ। ਉਹਦੇ ਆਪਾਂ ਘੁੰਗਣੇ ਪੱਕੇ ਬਣਾਉਣੇ ਆ ਵਾ, ਆਪਾਂ ਜ਼ਰੂਰੀ ਨਹੀਂ ਹੋਇਆ ਪਾਣੀ ਨੂੰ ਆਪਾਂ ਉਬਾਲੇ ਚੜ੍ਹਨਾ ਹੈਗਾ ਵਾ, ਬਸ ਧਿਆਨ ਰੱਖਿਓ ਜਦੋਂ ਸਾਡੇ ਦਾਣੇ ਚੰਗੀ ਤਰ੍ਹਾਂ ਪੋਲੇ ਪੈ ਜਾਂਦੇ, ਨਰਮ ਹੋ ਜਾਂਦੇ ਆ, ਉਹਨਾਂ ਦੇ ਘੁੰਗਣੇ ਪੱਕੇ ਬਣ ਜਾਂਦੀਆਂ ਵਾ, ਉਸੇ ਟਾਈਮ ਕੁੱਜੇ ਨੂੰ ਥੱਲੇ ਲਾ ਲਓ। ਕੁੱਜੇ ਨੂੰ ਥੱਲੇ ਲਾ ਕੇ ਪਾਣੀ ਵੱਖਰਾ ਕਰ ਲੈਣਾ ਵਾ, ਕਣਕ ਵੱਖਰੀ ਕਰ ਲੈਣੀ, ਜਿਹੜਾ ਬਾਕੀ ਵਾਧੂ ਕੱਪੜਾ ਬਚਿਆ ਤੁਹਾਡਾ ਉਧਰ ਇਹ ਪੁਣ ਕੇ ਉਸੇ ਕੱਪੜੇ ਤੋਂ ਆਪਾਂ ਇਕੱਲਾ ਇਕੱਲਾ ਦਾਣਾ ਕਰਕੇ ਸੁੱਕਣੇ ਪਾ ਦਿਓ। ਗਿੱਲੀ ਗਿੱਲੀ ਕਣਕ ਆਪਾਂ ਗੁੱਥਲੇ ਵਿੱਚ ਨਹੀਂ ਪਾਉਣੀ ਹੈਗੀ, ਉਹਨੂੰ ਘੱਟੋ ਘੱਟ ਘੰਟਾ 1.5 ਘੰਟਾ ਪਾ ਲਓ ਉਹਦੀ ਦਾਣਿਆਂ ਨੂੰ, ਠੀਕ ਹੈ ਜੀ। ਜੇ ਜ਼ਿਆਦਾ ਸੁੱਕਦੇ ਕਰਦੇ ਆ ਤਾਂ ਪੱਖਾ ਚਲਾ ਲਓ, ਪੱਖੇ ਥੱਲੇ ਰੱਖ ਲਓ, ਅਤੇ ਜੇ ਧੁੱਪ ਨਿਕਲ ਆਉਂਦੀ ਹੈ ਧੁੱਪੇ ਇਹਨੂੰ ਮਤਲਬ ਰੱਖ ਕੇ ਸੁਕਾ ਲਓ, ਜ਼ਿਆਦਾ ਤੋਂ ਬਚਾ ਕੇ। ਜੇ ਸਾਡੀ ਕਣਕ ਚੰਗੀ ਤਰ੍ਹਾਂ ਸੁੱਕ ਜਾਂਦੀ ਆ, ਉਹਦੀ ਗਿੱਲ ਨਮੀ ਖਤਮ ਹੋ ਜਾਂਦੀ, ਸਾਰੇ ਦਾਣੇ ਅੱਠ ਜਾਂਦੇ ਆ, ਫਿਰ ਸਾਫ਼ ਹੱਥਾਂ ਦੇ ਨਾਲ ਸਾਰੇ ਦਾਣੇ, ਜਿਹੜੀ ਗੁੱਥਲੀ ਸੀਤੀ ਹੈ ਨਾ ਆਪਾਂ, ਸਾਰੇ ਦਾਣੇ ਗੁੱਥਲੀ ਵਿੱਚ ਪਾ ਲੈਣੇ ਆ, ਅਤੇ ਉਹਦਾ ਤੁੰਬੂ ਬਣ ਲੈਣਾ ਗੁੱਥਲੀ ਦਾ, ਜਿਹੜਾ ਆਪਾਂ ਲੰਮੀਆਂ ਲੀਰਾਂ ਕੱਢੀਆਂ ਵਾ। ਗੁੱਥਲੀ ਦਾ ਨੇਫਾ ਬਣਾਉਣ ਦੀ ਲੋੜ ਨਹੀਂ ਹੈਗੀ, ਆਮ ਜਿੱਦਾਂ ਆਪਾਂ ਬੋਰਾ ਬੰਨਦੇ ਹਾਂ ਨਾ ਉੱਥੋਂ, ਇੱਦਾਂ ਓਪਰੇਸ਼ਨ ਦਾ ਮੂੰਹ ਇਕੱਠਾ ਕਰੇ ਗੁੱਥਲੀ ਦਾ ਲੀਰ ਨਾਲ ਬੰਨ ਕੇ ਉਹਦਾ ਮੂੰਹ, ਅਤੇ ਗੁੱਥਲੀ ਆਪਾਂ ਟੰਗਣੀ ਕਿੱਥੇ, ਸਾਡਾ ਜਿਹੜਾ ਸੌਣ ਵਾਲਾ ਕਮਰਾ ਵਾ ਉਹਦਾ ਜਿਹੜਾ ਦਰਵਾਜ਼ਾ ਵਾ, ਦਰਵਾਜ਼ੇ ਦੇ ਸੈਂਟਰ 'ਚ ਗੁੱਥੀ ਟੰਗ ਦੇਣੀ ਆ, ਠੀਕ ਹੈ ਜੀ। ਜੇ ਤਾਂ ਪਰਦੇ ਨਾਲ ਪੈਪ ਲੱਗਾ ਵਾ ਉਹਦੇ ਨਾਲ ਬੰਨ ਕੇ ਆਪਾਂ ਠਾਣੂ ਨੂੰ ਮੰਗਾ ਸਕਦੇ ਹਾਂ, ਜਾਂ ਕੰਧ ਵਿੱਚ ਕਿੱਲ ਠੋਕ ਕੇ ਉਹਦੇ ਨਾਲ ਬੰਨ ਕੇ ਠਾਣੂ ਲੈ ਆਓ, ਉੱਪਰੋਂ ਜਿਹੜੀ ਮਰਜ਼ੀ ਬੰਨ ਕੇ ਲੈ ਆਓ ਲੀਰ ਦੇ ਨਾਲ, ਦਰਵਾਜ਼ੇ 'ਚ ਗਾਂਠ ਹੁੰਦੀ ਹੈ ਨਾ, ਗੁੱਥਲੀ ਗੇਟ ਠਾਲ ਮੁਖਿਆ ਵਾ ਉਹਦੇ ਵਿੱਚ, ਕਿਸੇ ਚੀਜ਼ ਨਾਲ ਲੱਗਣੀ ਨਹੀਂ ਚਾਹੀਦੀ, ਸਿਰ ਨਾਲ ਵਜੇ ਸਿਰ ਤੋਂ ਇੰਨੀ ਉੱਚੀ ਹੋਵੇ ਤਾਂ ਕਿ ਉਹਦਾ ਪਰਸਾਵਾਂ ਠਾਣੂ ਆਵੇ, ਜਿਉਂ ਜਿਉਂ ਆਪਾਂ ਉਹਦੇ ਥੱਲੇ ਆਵਾਂਗੇ ਜਾਵਾਂਗੇ ਜਾਂ ਰੋਕ ਕੇ ਰੱਬ ਦਾ ਨਾਂ ਲਵਾਂਗੇ ਤਾਂ ਪਰਸਾਵਾਂ ਸਾਡੇ ਸਿਰ ਤੋਂ ਉੱਪਰ ਪਊਗਾ, ਉਹਦਾ ਅਸਰ ਹੋਊਗਾ, ਕਿਉਂਕਿ ਠੀਕ ਹੋਣਾ ਉਹਨਾਂ ਜਿਹੜੇ ਫੰਡਾ ਕਰਾਇਆ ਵਾ ਤੁਹਾਡੇ ਪਰਿਵਾਰ ਦੇ, ਜੇ ਕੋਈ ਮੈਂਬਰ ਵੀ ਉਹਦੇ ਥੱਲੇ ਆਉਂਦਾ ਜਾਂਦਾ ਉਹਨੂੰ ਗਾਹ 'ਤੇ ਬਿਮਾਰੀ ਨਾ ਹੋਵੇ। ਜਿੰਨਾ ਚਿਰ ਸਾਡੀ ਗੁੱਥਲੀ ਟੰਗੀ ਨਹੀਂ ਜਾਂਦੀ ਉਹਨਾਂ 'ਚ ਮੂੰਹ ਸੱਚਾ ਰੱਖਣਾ ਜੇ ਕੱਲ੍ਹ ਦਾ, ਅੱਜ ਦਾ ਸੁੱਚਾ ਮੂੰਹ ਦਾ ਡੰਡਾ ਠੋਕਣ ਤੱਕ, ਅਤੇ ਜਿਹੜਾ ਕੱਲ੍ਹ ਦਾ ਸੁੱਚਾ ਮੂੰਹ ਰੱਖਣਾ ਵਾ ਗੁੱਥਲੀ ਟੰਗਣ ਤੱਕ ਵਾ, ਜਿਹਨੇ ਫੰਡਾ ਕਰਾਇਆ ਉਹਨੇ ਵੀ, ਜਿਹੜਾ ਨਾਲ ਮਦਦ ਕਰਾਉਂਦਾ ਪਿਆ ਵਾ ਉਹਨੇ ਵੀ। ਗੁੱਥਲੀ ਟੰਗਣ ਤੋਂ ਬਾਅਦ ਆਪਣਾ ਚਾਹ ਪਾਣੀ ਪੀਓ, ਰੋਟੀ ਪਾਣੀ ਖਾਓ, ਚਾਹ ਪਾਣੀ ਪੀਣ ਤੋਂ ਬਾਅਦ ਰੋਟੀ ਪਾਣੀ ਖਾਣ ਤੋਂ ਬਾਅਦ ਜਿਹੜਾ ਬਾਕੀ ਪਾਣੀ ਬਚ ਗਿਆ ਕੁੱਜੇ ਵਾਲਾ, ਉਹਦਾ ਤੁਸੀਂ ਕੀ ਕਰਨਾ ਵਾ, ਕੱਲ੍ਹ ਸਵੇਰ ਤੋਂ ਲੈ ਕੇ ਕੱਲ੍ਹ ਸ਼ਾਮਾਂ ਤੱਕ ਉਹਦੀ ਕੋਟ ਕਰ ਕਰਕੇ ਪਾਣੀ ਖਤਮ ਕਰ ਦੇਣਾ ਉਹਨੂੰ, ਮੁਕੇ ਕੁੱਜੇ ਜਿਹੜੇ ਪਾਇਆ ਪਾਣੀ ਨੂੰ, ਜਦੋਂ ਆਪਾਂ ਕਣਕ 'ਚੋਂ ਬਾਹਰ ਕੱਢਾਂਗੇ ਨਾ ਪਾਣੀ ਨੂੰ, ਕੁੱਜੇ 'ਚੋਂ ਪੁੱਣਾਂਗੇ
ਉਹਨੂੰ ਵੱਖਰੇ ਕਿਸੇ ਸਾਫ ਸਟੀਲ ਦੇ ਬਰਤਨ 'ਚ ਪਾਣੀ ਨੂੰ ਪਾ ਕੇ ਰੱਖ ਲਿਓ ਅਤੇ ਕੱਲ੍ਹ ਗੁਦਰੀ ਟੰਗਣ ਤੋਂ ਬਾਅਦ ਰੋਟਵਾਣੀ ਖਾਣ ਤੋਂ ਬਾਅਦ ਅਤੇ ਕੱਲ੍ਹ ਸ਼ਾਮਾਂ ਤੱਕ 10-15-20 ਅੱਡੀ ਦੀ ਟਕੋਰ ਕਰ ਲਿਓ। ਟਕੋਰ ਕਿੱਦਾਂ ਕਰਨੀ ਹੈਗੀ ਆ, ਜਿਹੜਾ ਬਾਕੀ ਵਾਧੂ ਕੱਪੜਾ ਬਚਿਆ 100 ਮੀਟਰ ਵਾਲਾ ਤੁਹਾਡੇ ਵਾਧੂ ਕੱਪੜਾ ਬਚ ਗਿਆ ਨਾ, ਉਹਦੇ ਵਿੱਚ ਇੱਕ ਅੰਦਾਜ਼ ਜਿਹੜਾ ਛੋਟਾ ਜਿਹਾ ਰੁਮਾਲ ਕੱਢ ਕੇ ਅਤੇ ਸਾਫ਼ ਹੱਥ ਨਾਲ ਉਸ ਪਾਣੀ 'ਚ ਭਿਓ ਕੇ ਥੋੜ੍ਹਾ ਨਿਚੋੜ ਕੇ ਆਪਣੇ ਪੇਟ ਨਾ ਆਵਾ। ਤੁਹਾਡੇ ਜਿੱਥੇ ਪ੍ਰੋਬਲਮ ਹੈਗੀ ਆ, ਜੇ ਕਿਤੇ ਗਦੂਦਾ ਵਾ ਤਾਂ ਪੇਟ 'ਚ ਟਕੋਰ ਕਰੋ, ਜੇ ਕਿਤੇ ਹਰਨੀਆਂ ਜਿੱਥੇ ਵਗੈਰਾ ਸੋਜ ਵਗੈਰਾ ਹੈਗੀ ਆ ਉੱਥੇ ਟਕੋਰ ਕਰਨੀ। ਟਕੋਰ ਕਰ ਲੱਗਿਆ ਧਿਆਨ ਰੱਖਣਾ ਪਾਣੀ ਥੱਲੇ ਗੰਦੇ ਬੰਦੇ ਜਗ੍ਹਾ ਡਿੱਗਣਾ ਨਹੀਂ ਚਾਹੀਦਾ। ਬਾਥਰੂਮ ਵਿੱਚ ਖੜ੍ਹ ਕੇ ਟਕੋਰ ਨਹੀਂ ਕਰਨੀ ਹੈਗੀ, ਆਪਣੇ ਕਮਰੇ ਵਿੱਚ ਕੁਰਸੀ 'ਤੇ ਬਹਿ ਕੇ ਅਤੇ ਥੱਲੇ ਖੁੱਲ੍ਹਾ ਪੱਥਰ ਲਾ ਲਿਓ ਅਤੇ ਫਿਰ ਟਕੋਰ ਕਰ ਲਿਓ, ਠੀਕ ਹੈ ਜੀ। 10-15-20 ਟਕੋਰ ਕਰ ਲਿਓ ਕੱਲ੍ਹ ਸ਼ਾਮਾਂ ਤੱਕ। ਜਿਹੜਾ ਬਾਕੀ ਪਾਣੀ ਬਚ ਜੂਗਾ ਉਹਨੂੰ ਫੁੱਲਾਂ ਫੁੱਲਾਂ ਨੂੰ ਪਾ ਦਿਓ, ਰੁੱਖਾਂ ਨੂੰ ਪਾ ਦਿਓ, ਸਾਫ਼ ਜਗ੍ਹਾ ਪਾ ਦਿਓ, ਜਾਣੀ ਕਿ ਪੈਰਾਂ ਪੂਰਾ ਥੱਲੇ ਪਾਣੀ ਨਾ ਆਵੇ, ਨਾਲੇ ਥੱਲੇ ਨਾਲੀ ਦੇ ਵਿੱਚ ਪਾਣੀ ਨਾ ਜਾਵੇ। ਲੱਗ ਗਿਆ ਪਤਾ ਟਕੋਰ ਕਿੱਦਾਂ ਕਰਨੀ ਹੈਗੀ ਆ। ਹੁਣ ਖਾਣ ਪੀਣ ਦਾ ਪਰਹੇਜ਼, ਘਰ ਵਿੱਚ ਆਂਡਾ ਮੀਟ ਸ਼ਰਾਬ ਨਸ਼ਾ 1.5 ਮਹੀਨੇ ਵਾਸਤੇ ਬਿਲਕੁਲ ਬੰਦ ਜੇ। ਜਿਸ ਕਮਰੇ 'ਚ ਗੁਥਰੀ ਟੰਗੀ ਹੋਈ ਆ ਖਾ ਪੀ ਕੇ ਉਹਦੇ ਥੱਲੇ ਦੀ ਕਰੋਲ ਨਹੀਂ ਕਰਨਾ ਚਾਹੀਦਾ। ਕੋਈ ਮੰਨ ਲਓ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਖਾਂਦਾ ਪੀਂਦਾ ਹੈਗਾ, ਕੋਈ ਸੱਜਣ ਕੋਈ ਰਿਸ਼ਤੇਦਾਰ ਬਾਹਰੋਂ ਖਾ ਪੀ ਕੇ ਆ ਜਾਂਦਾ ਵਾ, ਉਹਨੂੰ ਉਸ ਕਮਰੇ 'ਚ ਵੀ ਜਾਣ ਦੇਣਾ ਜਿੱਥੇ ਗੁਥਰੀ ਟੰਗੀ ਆ। ਦੂਸਰੇ ਕਮਰੇ 'ਚ ਵੀ ਜਾਓ, ਉੱਥੇ ਬਿਠਾ ਦਿਓ, ਉਹਨਾਂ ਨੂੰ ਰੋਟੀ ਖਵਾ ਦਿਓ ਜਾਂ ਬਾਹਰ ਵਿਹੜੇ 'ਚ ਬਿਠਾ ਕੇ ਰੋਟੀ ਖਵਾ ਦਿਓ। ਤੁਸੀਂ ਬਾਹਰ ਫੀਲਡ ਵਿੱਚ ਜਾਂਦੇ ਹੋ, ਤੁਹਾਡੀ ਨੌਲੇਜ ਉੱਥੇ ਹੈਗਾ, ਤੁਹਾਡੀ ਨੌਲੇਜ ਆਏ ਬੰਦਾ ਖਾਂਦਾ ਪੀਂਦਾ ਤੁਹਾਨੂੰ ਕੋਈ ਮਿਲ ਕੇ ਇੰਨਾ ਉਹਨੂੰ ਦੂਰੋਂ ਫਤਿਹ ਬੁਲਾਓ, ਬਹੁਤਾ ਆਸਨ ਮਿਲਾਉਣ ਦੀ ਲੋੜ ਨਹੀਂ ਹੈਗੀ, ਜਿੰਨਾ ਬਚਿਆ ਜਾਂਦਾ ਉਹਨਾਂ ਬਚੋ। ਬਾਏ ਮਿਸਟੇਕ ਗਲਤੀ ਨਾਲ ਲੱਗ ਵੀ ਜਾਂਦਾ, ਬਹੁਤਾ ਵਹਿਮ ਨਹੀਂ ਕਰਨਾ, ਠੀਕ ਹੈ ਜੀ। ਬਾਕੀ ਘਰਾਂ 'ਚ ਕਈਆਂ 'ਤੇ ਮੁਸ਼ਕਿਲਾਂ ਹੁੰਦੀਆਂ ਵਾ, ਹਰ ਘਰ 'ਚ ਪੀਣ ਵਾਲੇ ਹੁੰਦੇ ਜਾਂ ਨਹੀਂ ਛੱਡਦੇ, ਹੈ ਨਾ। ਜੇ ਵੀ ਮੰਨ ਲਓ ਨਹੀਂ ਹਟਦਾ ਜਾਂ ਪੀ ਕੇ ਆ ਹੀ ਜਾਂਦਾ ਵਾ, ਉਸ ਕਮਰੇ 'ਚ ਲੱਗ ਜਾਵੇ, ਤੁਹਾਡਾ ਦੂਸਰਾ ਕਮਰਾ ਹੋਊਗਾ, ਹੈ ਨਾ। ਉੱਥੇ ਰਾਤ ਸੋ, ਅਗਲੇ ਦਿਨ ਨਹਾ ਧੋ ਕੇ ਸਾਫ਼ ਕੱਪੜੇ ਪਾ ਕੇ ਫਿਰ ਆਉਣਾ ਉੱਧਰ, ਜੇ ਗੁਰਦੀ ਵਾਲੇ ਕਮਰੇ ਆਉਣਾ, ਠੀਕ ਹੈ ਜੀ। ਲੱਗ ਪਏ ਸਾਰਿਆਂ ਨੂੰ। ਬਾਕੀ 22 ਚੀਜ਼ਾਂ ਨਹੀਂ ਖਾਣੀਆਂ ਹੈਗੀਆਂ, ਜਿਵੇਂ ਚੌਲ, ਆਲੂ, ਰਾਜਮਾਂਹ, ਮਾਵਾਂ ਦਾਲ, ਗੋਭੀ, ਮੱਛੀ, ਸਾਗ, ਦੁੱਧ ਵਗੈਰਾ ਪੀਣਾ ਵਾ, ਉਹਦੇ ਵਿੱਚ ਵੀ ਲੌਂਗ ਇਲਾਇਚੀ ਵਗੈਰਾ ਪਾ ਕੇ, ਹੋਰ ਜਿਹੜੀਆਂ 22 ਚੀਜ਼ਾਂ ਵਾ ਉਹਨਾਂ ਦਾ ਕੰਟਰੋਲ ਹੀ ਕਰਨਾ ਵਾ। ਕਿਤੇ ਜ਼ਿਆਦਾ ਐਮਰਜੈਂਸੀ ਹੈ ਤਾਂ 5-10% ਆਪਾਂ ਖਾ ਸਕਦੇ ਹਾਂ, ਜਿੱਦਾਂ ਆਪਾਂ ਹੁਣ ਫਿਰ ਉੱਧਰ ਹੀ ਖਾਣੀ ਹੈਗੀ। ਗਰਮ ਚੀਜ਼ ਖਾਓ ਵੱਧ ਤੋਂ ਵੱਧ ਜਿੰਨੀ ਕੁ ਆਪਾਂ ਖਾ ਸਕਦੇ ਹਾਂ, ਜਿੰਨੀ ਕੁ ਆਪਾਂ ਪਚਾ ਸਕਦੇ ਹਾਂ। 1.5 ਮਹੀਨਾ ਦਿਨੇ ਦਿਨੇ ਜਿੱਥੇ ਮਰਜ਼ੀ ਜਾਓ, ਰਾਤ ਨੂੰ ਸੋਣਾ ਘਰੇ ਆਣ ਕੇ ਆ, ਸੂਤਕ ਪਾਤਕ ਗਮੀ ਖੁਸ਼ੀ ਦਾ ਕੋਈ ਪਰਹੇਜ਼ ਨਹੀਂ, ਸੂਤਕ ਪਾਤਕ ਗਮੀ ਖੁਸ਼ੀ ਦਾ ਕੋਈ ਪਰਹੇਜ਼ ਨਹੀਂ ਹੈਗਾ, ਜਿੱਥੇ ਮਰਜ਼ੀ ਆ ਜਾ ਸਕਦੇ ਹਾਂ ਆਪਾਂ। ਹਰਨੀਆਂ ਉਦਨ ਛੱਡ ਕੇ ਬਾਕੀ ਜਿਹੜੀ ਮਰਜ਼ੀ ਆਪਾਂ ਦਵਾਈ ਲੈ ਸਕਦੇ ਹਾਂ, ਮਤਲਬ ਸਾਨੂੰ ਹੋਰ ਕਿਸੇ ਚੀਜ਼ ਦੀ ਪ੍ਰੋਬਲਮ ਹੈਗੀ, ਸਾਡੀ ਕੋਈ ਦਵਾਈ ਚੱਲਣ ਡੀ, ਆਪਾਂ ਜਿਹੜੀ ਮਰਜ਼ੀ ਦਵਾਈ ਖਾ ਸਕਦੇ ਹਾਂ। ਹਰਨੀਆਂ ਦੇ ਦੁੱਧਾਂ ਦਾ ਫਾਂਡਾ ਹੋਇਆ ਵਾ, ਜੇ ਇਹਦੀ ਦਵਾਈ ਕੁਝ ਦਿਨਾਂ ਦੀ ਪਈ ਹੈ ਘਰ, ਹਫ਼ਤੇ 10 ਦਿਨਾਂ ਦੀ, ਉਹ ਯੂਜ਼ ਕਰ ਲਓ, ਉਸ ਤੋਂ ਬਾਅਦ ਲੈਣ ਦੀ ਲੋੜ ਨਹੀਂ ਹੈਗੀ। ਜਾਂ ਜੀ ਕੋਈ ਡੋਜ਼ ਹੌਲੀ ਹੌਲੀ ਘਟਾ ਦਿਓ ਹਰਨੀਆਂ ਦੇ ਦੁੱਧਾਂ ਦੀ, ਜੇ ਕਿਤੇ ਪੈਪ ਜਾਂ ਨਾਲੀ ਲੱਗੀ ਆ, ਪੈਪ ਨਾਲੀ ਵਾਲੇ ਆਏ ਹੋਏ ਨਾ ਪੈਕੇਜ ਕਰ ਸਕਦੇ, ਜਿਹਨਾਂ ਦਾ ਪੈਪ ਜਾਂ ਨਾਲੀ ਲੱਗੀ ਹੈ ਉਹਨਾਂ ਨੇ ਦਵਾਈ ਨਾਲ ਲਗਾਤਾਰ ਚਾਲੂ ਰੱਖਣੀ ਹੈ, ਇਨਫੈਕਸ਼ਨ ਦੀ ਦਵਾਈ ਨਾਲ ਦਿੱਤੀ ਹੁੰਦੀ ਹੈ ਡਾਕਟਰ ਨੂੰ, ਡਾਕਟਰ ਦੀ ਸਲਾਹ ਦੇ ਅਕੋਰਡਿੰਗ ਜੇ ਪਹਿਲਾਂ ਨਾਲੀ ਲਾਉਂਦੇ ਆ ਤਾਂ ਲਾਵਾ ਲਿਓ, ਅਤੇ ਫੰਡ ਦੇ ਅਕੋਰਡਿੰਗ 3-5 ਦਿਨਾਂ ਬਾਅਦ ਇੱਕ ਵਾਰੀ ਪੈਪ ਛੱਡ ਕੇ ਵੇਖ ਲਿਓ 3-5 ਦਿਨਾਂ ਬਾਅਦ, ਠੀਕ ਹੈ ਜੀ। ਅਤੇ ਜਿਹੜਾ ਬਾਕੀ ਤੁਹਾਡਾ ਸਮਾਨ ਬਚ ਜਾਣਾ ਵਾ, ਤੁਹਾਡਾ ਘਰ ਕੱਪੜਾ ਬਚ ਜਾਣਾ ਵਾ, ਸੂਈ ਬਚ ਜਾਣੀ ਆ, ਕੁੱਜਾ ਬਚਣਾ ਵਾ, ਘਰ ਦੇ ਕੰਮਾਂ 'ਚ ਵਰਤੋਂ ਨੂੰ ਮੈਂ ਪਰ ਨਹੀਂ ਕਰਨਾ ਕੋਈ, ਸਾਡੇ ਪਰਿਵਾਰ ਨੂੰ ਬਖਸ਼ ਵਾ, ਸਾਡਾ ਛੋਟਾ ਜਿਹਾ ਬੱਚਾ ਵਾਂਡਾ ਵੀ ਕਰ ਦੂਗਾ, ਜਿਹੜਾ ਬਾਕੀ ਸਮਾਨ ਬਚਣ ਘਰ ਦੇ ਕੰਮਾਂ 'ਚ ਵਰਤੋਂ ਨੂੰ, ਠੀਕ ਹੈ ਜੀ। ਜਿਹੜੇ ਮੇਨ ਰੋਡ ਥਾਣੀ ਇੱਧਰੋਂ ਦੇ ਆਏ ਆ, ਜਦੋਂ ਆਪਣੇ ਸਾਧਨ 'ਤੇ ਬਹਿ ਜਾਓਗੇ ਤਾਂ ਪਿਛਾਂ ਘੁੰਮ ਕੇ ਨਹੀਂ ਵੇਖਣਾ, ਜਿੰਨੇ ਫੰਡਾ ਕਰਾਇਆ ਵਾ ਸਿੱਧਾ ਤਿਆਰ ਰੱਖਣਾ ਮੇਨ ਰੋਡ ਤੱਕ, ਇਸ ਸ਼ਹਿਰ ਤੋਂ ਨਹਿਰ, ਇਸ ਸ਼ਹਿਰ ਤੋਂ ਮੇਨ ਰੋਡ ਸਾਡੇ ਪਿੰਡ ਦੀ ਹੱਦ ਵਾ, ਜਦੋਂ ਆਪਣੇ ਸਾਧਨ 'ਤੇ ਬਹਿ ਜਾਓਗੇ ਪਿਛਾਂ ਘੁੰਮ ਕੇ ਨਹੀਂ ਵੇਖਣਾ, ਜਿਹਨੇ ਫੰਡਾ ਕਰਾਇਆ ਸਿੱਧਾ ਤਿਆਰ ਰੱਖ, ਠੀਕ ਹੈ। ਸਾਡੀ ਹੱਦ ਨਾ ਕਿ ਅੱਗੇ ਆਪਣੀ ਜਿੰਮੋ ਜੋ ਮਰਜ਼ੀ ਖਾਓ, ਲੱਗ ਗਿਆ ਸਾਰਿਆਂ ਨੂੰ। ਅਤੇ ਕਿੱਲਾ ਕਢਾਈ, ਜਿੱਦਾਂ ਕਿੱਲਾ ਕਢਾਇਆ ਤੁਹਾਡਾ, ਤੁਹਾਨੂੰ ਇਹਦਾ ਮੁੱਲ ਵੀ ਦੇਣਾ ਪੈਣਾ ਵਾ,
ਜਿਹੜੇ ਜਿਹਨੇ ਮੁੰਡੇ ਨੇ ਕਿੱਲਾ ਕਰਾਇਆ ਉਹਨੂੰ ਦੇ ਦਿਓ ਜਾਂ ਗੁਰੂ ਘਰ ਜਾ ਕੇ ਮੱਥਾ ਟੇਕ ਦਿਓ। ਠੀਕ ਹੈ ਜੀ, ਕਿਸੇ ਨੇ ਕੁਝ ਪੁੱਛਣਾ ਤਾਂ ਪੁੱਛ ਸਕਦੇ ਜੀ। ਗੁਰੂ ਘਰ ਲੰਗਰ ਬਣ ਸਕਿਆ ਹਨ, ਗੁਰਦੁਆਰੇ ਕੋਲੋਂ ਜੋ ਪੰਜ ਦਸ ਜ਼ਰੂਰ ਪੈਸੇ ਪਾਉਣੇ ਆ ਜੀ। ਜਾਂਦੇ ਟਾਈਮ ਕਿਤੇ ਗੁਰਦੁਆਰੇ ਰੁਕੇ ਚਾਹ ਪਾਣੀ ਪੀਣਾ ਨੇ, ਗੁਰਦੁਆਰੇ ਕੋਲ ਪੈਸੇ ਪਾਉਣੇ ਆ। ਮੰਨ ਲਓ ਕੋਈ ਆਪਣੇ ਰਿਸ਼ਤੇਦਾਰ ਵਿੱਚ ਆਣ ਕੇ ਰੁਕਿਆ ਕੋਈ, ਉਹਨਾਂ ਦੀ ਰਾਤ ਰੁਕੇ ਜੀ, ਰੋਟੀ ਪਾਣੀ ਖਾਧਾ, ਚਾਹ ਪਾਣੀ ਪੀਤਾ, ਸੋਣ ਵਾਸਤੇ ਉਹਨਾਂ ਦਾ ਬੈੱਡ ਵਗੈਰਾ ਯੂਜ ਕੀਤਾ ਵਾ, ਉਹਦਾ ਖਰਚਾ ਤੁਹਾਨੂੰ ਦੇਣਾ ਪੈਣਾ ਜੀ। ਬੇਸਿਕ ਤੁਹਾਡੀ ਜੇਬੋ ਜਾਣੇ ਚਾਹੀਦੇ, ਬੇਸਿਕ ਉਹਨਾਂ ਦਾ ਪਰਿਵਾਰ ਰੁਕੇ, ਬੱਚੇ ਨੂੰ ਪਿਆਰ ਦੇ ਦਿਓ, ਅਤੇ ਜਾਂ ਗੁਰੂ ਘਰ ਜਾ ਕੇ ਫੰਡਾ ਚੜਾਇਆ ਨਾ, ਤੇ ਕੱਲ ਆਪਾਂ ਗੁਥਲੇ ਬਣਾਉਣੇ ਬਣਾਉਣੇ ਆ, ਜੇ ਕੱਲ ਨਹੀਂ ਬਣੀ ਫਿਰ ਦੁਬਾਰਾ ਫੰਡਾ ਕਰਾਉਣਾ ਬਣਾ ਕੇ। ਇਹ ਜਿਹੜੀ ਆਪਾਂ ਗੁੱਥੀ ਟੰਗੀ ਹੈ ਨਾ, ਇਹ ਆਪਾਂ ਸਵਾ ਮਹੀਨਾ ਰੱਖਣੀ ਆ, ਘੱਟ ਤੋਂ ਘੱਟ 40 ਦਿਨ ਅਤੇ ਵੱਧ ਤੋਂ ਵੱਧ 50 ਦਿਨ। ਠੀਕ ਹੈ ਜੀ, 40 ਦਿਨ 50 ਦਿਨਾਂ ਦੇ ਵਿੱਚ ਆਪਾਂ ਕਿਸੇ ਦਿਨ ਵੀ ਗੁੱਥੀ ਨੂੰ ਜਲ ਪ੍ਰਵਾਹ ਕਰ ਸਕਦੇ ਹਾਂ, ਕੋਈ ਮੈਂਬਰ ਵੀ ਲੈ ਕੇ ਜਾ ਸਕਦਾ ਜਲ ਪ੍ਰਵਾਹ ਕਰਨ ਵਾਸਤੇ, ਕਿਸੇ ਟਾਈਮ ਵੀ ਲੈ ਕੇ ਜਾ ਸਕਦੇ ਹਾਂ। ਇਹ ਨਹੀਂ ਹੈਗਾ ਆਪਾਂ ਮਤਲਬ ਸਪੈਸ਼ਲ ਦੇ ਨਹੀਂ ਜਾਣਾ, ਇਹ ਤਾਂ ਸੁੱਚੇ ਮੂੰਹ ਜਾਣਾ ਜਾਂ ਖਾਲੀ ਪੇਟ ਜਾਣਾ ਵਾ, ਜਦੋਂ ਮਰਜ਼ੀ ਲੈ ਦਿਓ ਗੁੱਥੜੀ ਦਾ ਤੋਂ ਡੋਰੀ ਸਮੇਤ ਗੁੱਥੜੀ ਨੂੰ ਖੋਲ੍ਹ ਲਿਓ, ਗੁੱਥੜੀ ਦਾ ਮੂੰਹ ਢਿੱਲਾ ਕਰਕੇ ਅਤੇ ਵਗਦੇ ਪਾਣੀ 'ਚ ਜਲ ਪ੍ਰਵਾਹ ਕਰ ਦਿੰਦਾ। ਠੀਕ ਹੈ ਜੀ, ਜਿਵੇਂ ਸਾਡੀ ਜਿਹੜੀ ਆਪਾਂ ਕਣਕ ਉਬਾਲੀ ਆ, ਦਾਣੇ ਸਾਡੇ ਫੁੱਲ ਗਏ ਹਨ, ਸਵਾ ਮਹੀਨੇ ਜਦੋਂ ਸੁੱਕ ਕੇ ਫਿਰ ਕਣਕ ਬਣ ਜਾਣਾ ਕਣਕ ਦੇ, ਜਿਵੇਂ ਜਦੋਂ ਸੁੱਕਣਾ ਸਾਡੀ ਜਗ੍ਹਾ ਸੁੱਕਣੀ ਹੈ, ਡੰਡਾ ਢੋਲਾ ਥਾਰਿਆ ਕੱਢਿਆ ਆਪਾਂ, ਜਿਵੇਂ ਜੇ ਡੰਡੇ ਨੇ ਸੁੱਕਣਾ ਤੁਹਾਡੀ ਜਗ੍ਹਾ ਸੁੱਕਣੀ ਹੈ। ਇਸ ਕਰਕੇ ਜਿਹੜੀ ਗੁੱਥਲੀ ਹੈ 40 ਦਿਨਾਂ ਤੋਂ ਬਾਅਦ ਆਪਾਂ ਕਿਸੇ ਦਿਨ ਵੀ ਜਲ ਪ੍ਰਵਾਹ ਕਰ ਸਕਦੇ, ਕਿਸੇ ਟਾਈਮ ਵੀ ਲੈ ਦਿਓ, ਬਸ ਉਦੋਂ ਲੈ ਕੇ ਤਾਂ ਮੂੰਹ ਢਿੱਲਾ ਕਰਕੇ ਗੁੱਥਲੇ ਜਿਵੇਂ ਦਾਣੇ ਜਿਹੜੇ ਵਗਦੇ ਪਾਣੀ 'ਚ ਜਲ ਪ੍ਰਵਾਹ ਕਰ ਦਿਓ। ਠੀਕ ਹੈ ਜੀ, ਲੱਗਦਾ ਸਰ ਕਰੇ ਜਲ ਸੇਵ ਰਿਹਾ।